ਨੌਜਵਾਨ ਪੀੜ੍ਹੀ ਨੂੰ ਅੱਗੇ ਕਿਉਂ ਨਹੀਂ ਲਿਆਂਦਾ ਜਾ ਰਿਹਾ, ਇਹ ਵੀ ਇੱਕ ਸਵਾਲ ਹੈ ਅਤੇ ਇਹੀ ਜਾਣਨ ਦੀ ਕੋਸ਼ਿਸ਼ ਕਰਾਂਗੇ। ਹਾਲਾਂਕਿ ਅੱਜ ਜਗਮੀਤ ਬਰਾੜ ਵੀ ਅਕਾਲੀ ਦਲ ਦੇ ਵਿੱਚ ਸ਼ਾਮਿਲ ਹੋ ਗਏ ਨੇ, ਇੱਕ ਸਾਬਕਾ ਵਿਧਾਇਕ ਜਿਹੜੇ ਉਹ ਕਾਂਗਰਸ ਦੇ ਵਿੱਚ ਸ਼ਾਮਿਲ ਹੋ ਗਏ ਅਤੇ ਅਜਿਹਾ ਸਿਲਸਿਲਾ ਚੱਲ ਰਿਹਾ। ਦਲ ਬਦਲੂ ਅਸੀਂ ਕੱਲ੍ਹ ਗੱਲਬਾਤ ਕੀਤੀ ਕਿਸ ਤਰੀਕੇ ਦੇ ਨਾਲ, ਪਰ ਮੌਕਾ ਪ੍ਰਸਤ ਹਾਸ਼ੀਏ 'ਤੇ ਪਹੁੰਚੇ ਇਹ ਆਗੂ ਆਖਿਰ ਕੀ ਜਨਤਾ ਦੇ ਭਰੋਸੇ 'ਤੇ ਖਰੇ ਉਤਰਨਗੇ? ਕਿਉਂਕਿ ਉਮਰ ਹੰਢਾ ਚੁੱਕੇ ਨੇ, ਪਰ ਉਸ ਤੋਂ ਬਾਵਜੂਦ ਪਾਰਟੀਆਂ ਉਹਨਾਂ ਨੂੰ ਖੜ੍ਹਾ ਕਰ ਰਹੀਆਂ ਅਤੇ ਕੀ ਲੋਕਾਂ ਦੇ ਕੋਲ ਕੋਈ ਆਪਸ਼ਨ ਹੋਏਗਾ ਜਾਂ ਨਹੀਂ ਹੋਏਗਾ? ਕੀ ਲੋਕ ਵੀ ਮਜਬੂਰ ਹੋਣਗੇ ਜਾਂ ਫਿਰ ਨੋਟਾਂ ਹੀ ਦੱਬਣਗੇ? ਕਿਉਂਕਿ ਜਦੋਂ ਏ ਬੀ ਸੀ ਉਹਨਾਂ ਨੂੰ ਕੋਈ ਵੀ ਪਸੰਦ ਨਹੀਂ ਆਇਆ ਤਾਂ ਫਿਰ ਨੋਟਾ ਡੀ ਉਹਨਾਂ ਨੂੰ ਦੱਬਣਾ ਪਏਗਾ, ਅਤੇ ਇਸੇ ਲਈ ਅੱਜ ਇਹ ਮੁੱਦਾ ਚੁੱਕਣ ਜਾ ਰਹੇ ਹਾਂ। ਸਵਾਲ ਕੀ ਖੜ੍ਹਾ ਹੋ ਰਿਹਾ, ਕੀ ਹਾਸ਼ੀਏ 'ਤੇ ਪਹੁੰਚੇ ਆਗੂਆਂ 'ਤੇ ਦਾ ਜਾਇਜ਼ ਹੈ? ਕੀ ਚੋਣਾਂ 'ਚ ਮੌਕਾ ਪ੍ਰਸਤ ਆਗੂਆਂ 'ਤੇ ਦਾ ਖੇਡ ਰਹੀਆਂ ਪਾਰਟੀਆਂ? ਕੀ ਮੌਕਾ ਪ੍ਰਸਤ ਆਗੂਆਂ 'ਤੇ ਭਰੋਸਾ ਕਰਨਗੇ ਲੋਕ, ਯਾਨੀ ਤੁਸੀਂ ਉਹਨਾਂ 'ਤੇ ਭਰੋਸਾ ਕਰੋਗੇ ਉਹ ਮੌਕਾ ਪ੍ਰਸਤ ਜਿਹੜੇ ਆਗੂ ਨੇ? ਵੱਡਾ ਸਵਾਲ ਹੈ। ਕੀ ਉਮਰ ਦਰਾਜ਼ ਸਿਆਸਤਦਾਨ ਰੋਕਦੇ ਨੇ ਨੌਜਵਾਨਾਂ ਦਾ ਰਾਹ? ਨੌਜਵਾਨ ਪੀੜ੍ਹੀ ਸਾਡੀ ਯੰਗ ਜਨਰੇਸ਼ਨ ਅੱਗੇ ਆਉਣਾ ਚਾਹੁੰਦੀ ਹੈ ਸਿਆਸਤ ਦੇ ਵਿੱਚ, ਪਰ ਜਿਹੜੇ ਬਜ਼ੁਰਗ ਹੋ ਗਏ ਨੇ ਸਿਆਸਤਦਾਨ, ਉਮਰ ਦਰਾਜ਼ ਇੱਜ਼ਤ ਵਾਲੇ ਸ਼ਬਦ ਇਸਤੇਮਾਲ ਕਰੀਏ, ਉਹ ਜਾ ਕੇ ਰਾਜ਼ੀ ਨਹੀਂ ਹੈ। ਉਹ ਘਰ ਬੈਠ ਕੇ ਰਾਜ਼ੀ ਨਹੀਂ, ਉਹ ਕਹਿੰਦੇ ਜਦ ਤੱਕ ਸਿਆਸਤ ਚੱਲੇਗੀ ਤਾਂ ਚਲਾਵਾਂਗੇ, ਪਰ ਨੌਜਵਾਨਾਂ ਨੂੰ ਨਹੀਂ ਆਉਣ ਦੇਵਾਂਗੇ। ਖੁੱਲ੍ਹ ਕੇ ਤਾਂ ਕੋਈ ਨਹੀਂ ਬੋਲਦਾ, ਪਰ ਘੁਮਾ ਫਿਰਾ ਕੇ ਗੱਲ ਤਾਂ ਉਹੀ ਹੁੰਦੀ ਹੈ। ਸੋ ਅੱਜ ਪੰਜਾਬ ਪੁਆਇੰਟ ਦੇ ਵਿੱਚ ਹਾਸ਼ੀਏ 'ਤੇ ਚੱਲਣ ਵਾਲੇ ਸਿਆਸਤਦਾਨਾਂ ਦੀ ਗੱਲ ਕਰਾਂਗੇ। ਲੋਕਾਂ ਦੇ ਮੋਹਰੇ ਮੁੜ ਤੋਂ ਇੱਕ ਪਾਰਟੀ ਹੈ, ਦੂਜੀ ਉਹਨਾਂ ਨੂੰ ਪੇਸ਼ ਕਰ ਰਹੀ ਹੈ, ਅਤੇ ਲੋਕਾਂ ਦੇ ਸਾਹਮਣੇ ਵੀ ਮਜਬੂਰੀ ਹੈ ਕਿ ਏ ਬੀ ਸੀ ਕਿਹੜਾ ਚੁਣਨ ਜਾਂ ਫਿਰ ਨੋਟਾ ਚੁਣਨ, ਇਹ ਜਾਣਾਂਗੇ। ਛੋਟੀ ਜਿਹੀ ਰਿਪੋਰਟ, ਉਸ ਤੋਂ ਬਾਅਦ ਚਰਚਾ ਸ਼ੁਰੂ ਕਰਦੇ ਹਾਂ। ਪੰਜਾਬ ਦੀਆਂ ਲੋਕ ਸਭਾ ਚੋਣਾਂ ਵਿੱਚ ਸਾਰੀਆਂ ਪਾਰਟੀਆਂ ਪੂਰੀ ਵਾਹ ਲਗਾ ਰਹੀਆਂ ਨੇ। ਵਕਾਰ ਦਾ ਸਵਾਲ ਹੋਣ ਕਰਕੇ ਚੋਣ ਦੰਗਲ ਦੇ ਤਜਰਬੇਕਾਰ ਉਮੀਦਵਾਰਾਂ ਨੂੰ ਮੈਦਾਨ 'ਚ ਉਤਾਰਿਆ ਗਿਆ। ਇਸ ਲਈ ਪਿਛਲੀਆਂ ਚੋਣਾਂ ਵਿੱਚ ਹਾਰੇ ਉਮੀਦਵਾਰਾਂ ਨੂੰ ਇਸ ਵਾਰ ਫਿਰ ਤੋਂ ਟਿਕਟਾਂ ਦਿੱਤੀਆਂ ਗਈਆਂ ਨੇ। ਕਾਂਗਰਸ ਪਾਰਟੀ ਦੀ ਗੱਲ ਕੀਤੀ ਜਾਵੇ ਤਾਂ ਕਾਂਗਰਸ ਪਾਰਟੀ ਵੱਲੋਂ ਇਸ ਵਾਰ 4 ਹਾਰੇ ਹੋਏ ਉਮੀਦਵਾਰਾਂ 'ਤੇ ਦਾਅ ਖੇਡਿਆ ਗਿਆ। ਪਟਿਆਲਾ ਤੋਂ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਪਤਨੀ ਪਰਨੀਤ ਕੌਰ ਨੂੰ ਮੈਦਾਨ 'ਚ ਉਤਾਰਿਆ ਗਿਆ। ਪਰਨੀਤ ਕੌਰ 2014 ਵਿੱਚ ਆਮ ਆਦਮੀ ਪਾਰਟੀ ਦੇ ਡਾਕਟਰ ਧਰਮਵੀਰ ਗਾਂਧੀ ਤੋਂ ਹਾਰ ਗਏ ਸਨ। ਫਰੀਦਕੋਟ ਤੋਂ ਕਾਂਗਰਸੀ ਉਮੀਦਵਾਰ ਮੁਹੰਮਦ ਸਦੀਕ 2017 ਵਿਧਾਨ ਸਭਾ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਮਾਸਟਰ ਬਲਦੇਵ ਸਿੰਘ ਤੋਂ ਹਾਰ ਚੁੱਕੇ ਨੇ। ਇਹਨਾਂ ਚੋਣਾਂ ਦੌਰਾਨ ਹੀ ਸੰਗਰੂਰ ਤੋਂ ਉਮੀਦਵਾਰ ਕੇਵਲ ਸਿੰਘ ਢਿੱਲੋਂ ਵੀ ਆਮ ਆਦਮੀ ਪਾਰਟੀ ਦੇ ਗੁਰਮੀਤ ਸਿੰਘ ਮੀਤਹੇਅਰ ਤੋਂ ਹਾਰ ਗਏ ਸਨ। ਖਡੂਰ ਸਾਹਿਬ ਤੋਂ ਕਾਂਗਰਸੀ ਉਮੀਦਵਾਰ ਜਸਬੀਰ ਸਿੰਘ ਡਿੰਪਾ 2007 ਵਿੱਚ ਬਿਆਸ ਹਲਕੇ ਤੋਂ ਅਕਾਲੀ ਉਮੀਦਵਾਰ ਮਨਜਿੰਦਰ ਕੰਗ ਤੋਂ ਹਾਰੇ ਸਨ। ਸ਼੍ਰੋਮਣੀ ਅਕਾਲੀ ਦਲ ਵੱਲੋਂ ਇਸ ਵਾਰ 5 ਹਾਰੇ ਉਮੀਦਵਾਰਾਂ 'ਤੇ ਫਿਰ ਤੋਂ ਦਾਅ ਖੇਡਿਆ ਗਿਆ। ਪਟਿਆਲਾ ਤੋਂ ਸੁਰਜੀਤ ਸਿੰਘ ਰੱਖੜਾ ਨੂੰ ਟਿਕਟ ਦਿੱਤੀ ਗਈ ਹੈ, ਜੋ ਕਿ 2017 ਚੋਣਾਂ ਵਿੱਚ ਸਮਾਣਾ ਤੋਂ ਹਾਰੇ ਸਨ। ਫਰੀਦਕੋਟ ਤੋਂ ਪਾਰਟੀ ਨੇ ਗੁਲਜ਼ਾਰ ਸਿੰਘ ਰਣੀਕੇ ਨੂੰ ਟਿਕਟ ਦਿੱਤੀ ਹੈ। ਰਣੀਕੇ 2017 ਵਿੱਚ ਅਟਾਰੀ ਹਲਕੇ ਤੋਂ ਕਾਂਗਰਸੀ ਉਮੀਦਵਾਰ ਤਰਸੇਮ ਸਿੰਘ ਤੋਂ ਹਾਰ ਗਏ ਸਨ। ਲੁਧਿਆਣਾ ਤੋਂ ਉਮੀਦਵਾਰ ਮਹੇਸ਼ਿੰਦਰ ਸਿੰਘ ਗਰੇਵਾਲ 2002 ਅਤੇ 2007 ਦੀ ਚੋਣ ਹਾਰ ਚੁੱਕੇ ਨੇ। ਇਸੇ ਤਰ੍ਹਾਂ ਫਤਿਹਗੜ੍ਹ ਸਾਹਿਬ ਤੋਂ ਅਕਾਲੀ ਉਮੀਦਵਾਰ ਦਰਬਾਰਾ ਸਿੰਘ ਗੁਰੂ ਵੀ 2012 'ਚ ਭਦੌੜ ਅਤੇ 2017 ਵਿੱਚ ਬੱਸੀ ਪਠਾਣਾ ਹਲਕੇ ਤੋਂ ਚੋਣ ਹਾਰ ਗਏ ਸਨ। ਆਮ ਆਦਮੀ ਪਾਰਟੀ ਵੀ ਹਾਰੇ ਉਮੀਦਵਾਰਾਂ ਨੂੰ ਟਿਕਟ ਦੇਣ ਵਿੱਚ ਪਿੱਛੇ ਨਹੀਂ। ਹੁਸ਼ਿਆਰਪੁਰ ਸੀਟ ਤੋਂ ਡਾਕਟਰ ਰਵਜੋਤ ਸਿੰਘ ਉਮੀਦਵਾਰ ਨੇ, ਜੋ ਕਿ ਸ਼ਾਮ 84 ਹਲਕੇ ਤੋਂ 2017 ਚੋਣਾਂ ਵਿੱਚ ਹਾਰ ਗਏ ਸਨ। ਅਨੰਦਪੁਰ ਸਾਹਿਬ ਤੋਂ ਪਾਰਟੀ ਦੇ ਉਮੀਦਵਾਰ ਨਰਿੰਦਰ ਸਿੰਘ ਸ਼ੇਰਗਿੱਲ ਵੀ ਮੋਹਾਲੀ ਵਿਧਾਨ ਸਭਾ ਹਲਕੇ ਤੋਂ 2017 ਵਿੱਚ ਚੋਣ ਹਾਰ ਗਏ ਸਨ। ਪੀਡੀਏ ਦੇ ਉਮੀਦਵਾਰ ਸੰਗਰੂਰ ਤੋਂ ਜੱਸੀ ਜਸਰਾਜ ਨੇ, ਜੋ ਕਿ 2014 ਵਿੱਚ ਬਠਿੰਡਾ ਲੋਕ ਸਭਾ ਸੀਟ ਤੋਂ ਚੋਣ ਹਾਰ ਚੁੱਕੇ ਨੇ।
ਪੰਥਕ ਹਲਕੇ ਖਡੂਰ ਸਾਹਿਬ ਦੀ ਗੱਲ ਕੀਤੀ ਜਾਵੇ ਤਾਂ ਪੰਜਾਬ ਏਕਤਾ ਪਾਰਟੀ ਦੀ ਟਿਕਟ ਤੋਂ ਚੋਣ ਲੜ ਰਹੀ ਬੀਬੀ ਪਰਮਜੀਤ ਕੌਰ ਖਾਲੜਾ 1999 ਵਿੱਚ ਸ਼੍ਰੋਮਣੀ ਅਕਾਲੀ ਦਲ ਸਰਵਹਿੰਦ ਦੀ ਟਿਕਟ ਤੋਂ ਹਾਰ ਚੁੱਕੇ ਨੇ। ਇਸੇ ਤਰ੍ਹਾਂ ਸੰਗਰੂਰ ਤੋਂ ਚੋਣ ਲੜ ਰਹੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਸਿਮਰਨਜੀਤ ਸਿੰਘ ਮਾਨ 2017 ਦੀ ਬਰਨਾਲਾ ਤੋਂ ਚੋਣ ਲੜ ਚੁੱਕੇ ਨੇ ਅਤੇ ਹਾਰ ਮਿਲੀ ਸੀ। ਪੀਡੀਏ ਅਤੇ ਬਸਪਾ ਦੇ ਉਮੀਦਵਾਰ ਬਲਵਿੰਦਰ ਕੁਮਾਰ ਹੁਸ਼ਿਆਰਪੁਰ ਤੋਂ ਚੋਣ ਲੜ ਰਹੇ ਨੇ। ਬਲਵਿੰਦਰ ਕੁਮਾਰ 2017 ਚੋਣਾਂ ਵਿੱਚ ਅਜਨਾਲਾ ਸੀਟ ਤੋਂ ਮਾਤ ਖਾ ਚੁੱਕੇ ਨੇ। ਹਾਰੇ ਹੋਏ ਅਤੇ ਹਾਸ਼ੀਏ 'ਤੇ ਗਏ ਦਿੱਗਜਾਂ 'ਚ ਟਕਸਾਲੀ ਅਕਾਲੀ ਦਲ ਦੇ ਸ੍ਰੀ ਅਨੰਦਪੁਰ ਸਾਹਿਬ ਤੋਂ ਉਮੀਦਵਾਰ ਬੀਰ ਦਵਿੰਦਰ ਸਿੰਘ ਵੀ ਸ਼ਾਮਲ ਨੇ। ਕਦੇ ਕਾਂਗਰਸ, ਕਦੇ ਅਕਾਲੀ ਦਲ, ਕਦੇ PPP ਅਤੇ ਕਦੇ ਆਮ ਆਦਮੀ ਪਾਰਟੀ 'ਚ ਰਹੇ ਬੀਰ ਦਵਿੰਦਰ ਸਿੰਘ ਵੀ ਹਾਰ ਦਾ ਮੂੰਹ ਵੇਖ ਚੁੱਕੇ ਨੇ। ਹਾਲ ਹੀ 'ਚ ਬਾਦਲਾਂ ਦੇ ਬੇੜੇ 'ਚ ਸ਼ਾਮਲ ਹੋਏ ਜਗਮੀਤ ਬਰਾੜ ਵੀ ਕਈ ਵਾਰ ਮਾਤ ਖਾ ਚੁੱਕੇ ਨੇ, ਪਰ ਹੁਣ ਨਵੀਂ ਸਿਆਸੀ ਪਾਰੀ ਖੇਡਣ ਜਾ ਰਹੇ ਨੇ। ਲਿਹਾਜ਼ਾ ਹੁਣ ਵੇਖਣਾ ਇਹ ਹੋਵੇਗਾ ਕਿ ਇਹਨਾਂ ਹਾਰੇ ਅਤੇ ਨਕਾਰੇ ਦਿੱਗਜਾਂ ਨੂੰ ਲੋਕ ਪ੍ਰਵਾਨ ਕਰਦੇ ਨੇ ਜਾਂ ਨਹੀਂ। ਸਿਆਸੀ ਗਲਿਆਰਿਆਂ 'ਚ ਅਕਸਰ ਮਾਤ ਖਾ ਚੁੱਕੇ ਅਤੇ ਉਮਰ ਦਰਾਜ਼ ਆਗੂ ਟਿਕਟ ਲੈਣ 'ਚ ਤਾਂ ਮਾਰਕਾ ਮਾਰ ਜਾਂਦੇ ਨੇ, ਪਰ ਇਹਨਾਂ ਦਾ ਹਸ਼ਰ ਕੀ ਹੁੰਦਾ ਉਹ ਨਤੀਜਿਆਂ ਤੋਂ ਬਾਅਦ ਪਤਾ ਚੱਲਦਾ। ਬਿਊਰੋ ਰਿਪੋਰਟ, ਇੰਡੀਆ ਨਿਊਜ਼, ਪੰਜਾਬ। ਸੋ ਹਾਸ਼ੀਏ 'ਤੇ ਪਹੁੰਚੇ ਆਗੂਆਂ 'ਤੇ, ਯਾਨੀ ਸਿਆਸੀ ਆਗੂਆਂ 'ਤੇ ਦਾ ਖੇਡਣਾ ਕੀ ਜਾਇਜ਼ ਹੈ? ਕਿ ਉਹਨਾਂ 'ਤੇ ਲੋਕ ਭਰੋਸਾ ਕਰਨਗੇ ਕਿ ਇਹ ਸਿਆਸੀ ਪਾਰਟੀਆਂ ਦੀ ਮਜਬੂਰੀ ਹੈ? ਆਖਿਰ ਕਿਉਂ ਹਾਰੇ ਹੋਏ ਉਮੀਦਵਾਰਾਂ ਨੂੰ, ਆਗੂਆਂ ਨੂੰ ਇਹ ਪਾਰਟੀਆਂ ਮੁੜ ਤੁੜ ਕੇ ਇਸ ਸੀਟ ਤੋਂ ਨਹੀਂ ਦੂਜੀ ਸੀਟ ਤੋਂ ਆਖਿਰ ਖੜ੍ਹੇ ਕਰ ਰਹੀਆਂ ਨੇ? ਕਿ ਲੋਕਾਂ ਦੇ ਮੋਹਰੇ ਨਵੇਂ ਚਿਹਰੇ ਨਹੀਂ ਹੋਣੇ ਚਾਹੀਦੇ, ਨੌਜਵਾਨ ਚਿਹਰੇ ਨਹੀਂ ਹੋਣੇ ਚਾਹੀਦੇ? ਇਹ ਅੱਜ ਦਾ ਵਿਸ਼ਾ। ਖਾਸ ਤੌਰ 'ਤੇ ਮਹਿਮਾਨ ਸਾਡੇ ਨਾਲ ਜੁੜ ਗਏ ਨੇ, ਉਹਨਾਂ ਤਾਰੁਫ ਤੁਹਾਡੇ ਨਾਲ ਕਰਵਾ ਦਿੰਦੇ ਹਾਂ। ਸਵਿਤਾ ਸਿਸੋਦੀਆ ਜੀ ਕਾਂਗਰਸ ਪਾਰਟੀ ਤੋਂ, ਅਮਰਦੀਪ ਸਿੰਘ ਧਾਰਨੀ ਜੀ ਸ਼੍ਰੋਮਣੀ ਅਕਾਲੀ ਦਲ ਤੋਂ, ਗੁਰਜੀਤ ਸਿੰਘ ਢਿੱਲੋਂ ਜੀ ਭਾਰਤੀ ਜਨਤਾ ਪਾਰਟੀ ਤੋਂ, ਇਕਬਾਲ ਸਿੰਘ ਮੋਹਾਲੀ ਜੀ ਆਮ ਆਦਮੀ ਪਾਰਟੀ ਤੋਂ, ਕਰਨੈਲ ਸਿੰਘ ਪੀਰ ਮੁਹੰਮਦ ਜੀ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਤੋਂ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ। ਸਵਾਲ ਇਹੀ ਹੈ ਕਿ ਹਾਸ਼ੀਏ 'ਤੇ ਪਹੁੰਚੇ ਆਗੂਆਂ 'ਤੇ ਦਾ ਖੇਡਣਾ ਜਾਇਜ਼ ਹੈ? ਧਾਰਨੀ ਸਾਹਿਬ, ਅੱਜ ਸਟਾਰਟ ਵੀ ਦਿਓ, ਚਾਰ ਅਜਿਹੇ ਤੁਸੀਂ ਉਮੀਦਵਾਰ ਐਲਾਨੇ ਹੈ ਜਿਨ੍ਹਾਂ ਨੂੰ ਤੁਸੀਂ ਖੜ੍ਹਾ ਕੀਤਾ, ਹਾਰੇ ਹੋਏ ਨੇ, ਹਾਰਨ ਤੋਂ ਬਾਅਦ ਵੀ ਹਾਰੇ ਹੋਏ ਨੇ, ਅਤੇ ਫਿਰ ਮੁੜ ਤੋਂ ਉਹਨਾਂ 'ਤੇ ਦਾ ਖੇਡਿਆ ਜਾ ਰਿਹਾ, ਇਹ ਮਜਬੂਰੀ ਹੈ ਜਾਂ ਕੀ ਹੈ? ਬਾਕੀਆਂ ਕੋਲ ਵੀ ਚੱਲਾਂਗੇ ਆਪਾਂ, ਅੱਜ ਸਟਾਰਟ ਵੀ ਦਿਓ। ਨਹੀਂ, ਕੋਈ ਕੋਈ ਮਜਬੂਰੀ ਵਾਲੀ ਗੱਲ ਨਹੀਂ ਹੈਗੀ ਵਾਲੀਆ ਸਾਹਿਬ ਜੀ, ਕਿਉਂਕਿ ਦੇਖੋ ਇਹ ਲੋਕ ਹਾਰ ਜਿੱਤ ਹੈ ਜਿਹੜੀ, ਇਹ ਜ਼ਿੰਦਗੀ ਦੇ ਵਿੱਚ ਇੱਕ ਪ੍ਰਤੀਕਿਰਿਆ। ਹਾਂ, ਇਹਦੇ ਵਿੱਚ ਕਿਸੇ ਦਾ ਹਾਰ ਜਾਣਾ ਜਾਂ ਕਿਸੇ ਦਾ ਨਾ ਹਾਰ ਜਾਣਾ, ਦੇਖੋ ਸ਼੍ਰੀਮਤੀ ਇੰਦਰਾ ਗਾਂਧੀ ਵੀ ਹਾਰ ਗਏ ਸੀ, ਇਹਦਾ ਮਤਲਬ ਇਹ ਨਹੀਂ ਸੀ ਕਿ ਉਹਨਾਂ ਨੂੰ ਘਰ ਜਾ ਕੇ ਬੈਠ ਜਾਣਾ ਚਾਹੀਦਾ। ਇਹ ਚੀਜ਼ਾਂ ਜਿਹੜੀਆਂ ਹੁੰਦੀਆਂ, ਦੇਖੋ ਇਹ ਲੋਕ ਜਿੰਨੇ ਇਹ ਇਲੈਕਸ਼ਨਾਂ ਲੜਦੇ ਆ ਜਾਂ ਇਲੈਕਸ਼ਨ ਕੰਪੇਨਾਂ ਦੇ ਵਿੱਚ ਜਾਂਦੇ ਹੈਗੇ, ਇਹਨਾਂ ਦਾ ਲੋਕਾਂ ਦੇ ਨਾਲ ਰਾਬਤਾ ਹੁੰਦਾ ਹਰ ਟਾਈਮ ਤੇ ਬਣਿਆ ਵਾ, ਔਰ ਇਹ ਲੋਕਾਂ ਦੇ ਵਿੱਚ ਰਹਿੰਦੇ ਆ, ਲੋਕਾਂ ਦੇ ਬਣ ਕੇ ਰਹਿੰਦੇ ਆ, ਲੋਕਾਂ ਦੇ ਲਈ ਰਹਿੰਦੇ ਆ। ਇਸ ਕਰਕੇ ਜਿਹੜਾ ਹੈਗਾ ਹਾਰ ਜਿੱਤ ਦਾ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ। ਤੁਸੀਂ ਜਿਹੜੀ ਇਹ ਗੱਲ ਕਰਦੇ ਹੋ ਕਿ ਹਾਸ਼ੀਏ ਤੇ ਆਉਣ ਵਾਲੀ ਗੱਲ ਕਰਦੇ ਆ, ਕਿ ਹਾਸ਼ੀਏ ਵਾਲੀ ਗੱਲ ਨਹੀਂ ਹੈਗੀ, ਹਾਰ ਜਿੱਤ ਦਾ ਦੇਖੋ ਇੱਕ ਵੋਟ ਤੇ ਕੋਈ ਬੰਦਾ ਹਾਰ ਜਾਂਦਾ ਤਾਂ ਇਹਦਾ ਮਤਲਬ ਇਹ ਨਹੀਂ ਹੈਗਾ ਕਿ ਉਹਨੂੰ ਹਾਰਿਆ ਮੰਨ ਲੈਣਾ ਹੈਗਾ। ਕਦੇ ਉਹਨਾਂ ਲੋਕਾਂ ਨੇ ਇਹ ਨਹੀਂ ਹੈਗਾ ਕਿ ਹਾਰ ਮੰਨ ਲਈ ਔਰ ਹਾਰ ਮੰਨ ਕੇ ਆਪਣੇ ਘਰ ਬੈਠ ਗਏ ਔਰ ਮੁੜ ਕੇ ਜਿਹੜਾ ਹੈਗਾ ਲੋਕਾਂ ਨੂੰ ਆਪਣਾ ਮੂੰਹ ਨਹੀਂ ਦਿਖਾਇਆ। ਸਾਡੇ ਜਿੰਨੇ ਕੈਂਡੀਡੇਟਸ ਹੈਗੇ ਆ, ਹਾਰਨਾ ਜਾਂ ਹਾਰ ਮੰਨ ਲੈਣਾ ਦੋਹੇ ਦੇਖੋ ਡਿਫਰੈਂਟ ਚੀਜ਼ਾਂ ਹੈਗੀਆਂ। ਮੈਂ ਇਹਦੇ ਪਿੱਛੇ ਤੁਹਾਨੂੰ ਇੱਕ ਗੱਲ ਜੇ ਕਹੋ ਸਾਂਝੀ ਕਰ ਦਿੰਦਾ ਘੱਟ ਸ਼ਬਦਾਂ 'ਚ। ਜਦੋਂ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਇੱਥੇ ਤੋਂ ਗਏ ਤਾਂ ਉਹਨਾਂ ਨੂੰ ਇੱਕ ਗੱਲ ਪੁੱਛੀ ਗਈ, ਦੇਖੋ ਮੇਰੀ ਗੱਲ ਸੁਣੋ,
ਤੁਸੀਂ ਚਲੋ ਮੈਂ ਨਹੀਂ ਕਰਦਾ ਧਾਰਮਿਕ ਚ ਪਹੁੰਚ ਗਿਆ ਹਾਂ ਕਿ ਸਿੱਖ ਧਰਮ ਦੇ ਵਿੱਚ ਇੱਕੋ ਗੱਲ ਹੈਗੀ ਆ ਕਿ ਹਾਰਨਾ ਇੱਕ ਗੱਲ ਆ, ਹਾਰ ਮੰਨ ਲੈਣਾ ਇੱਕ ਗੱਲ ਹੈਗੀ ਆ। ਦੇਖੋ ਇਹ ਜ਼ਿੰਦਗੀ ਦੇ ਜਿਹੜੇ ਹੈਗੇ ਆ ਉਤਰਾਅ ਚੜਾਅ ਪੜਾ ਹੈਗੇ ਆ, ਜਿਨ੍ਹਾਂ ਦੇ ਵਿੱਚ ਹਾਰ ਜਿੱਤ ਬਣੀ ਵੀ ਹੈਗੀ ਆ, ਔਰ ਲੋਕਾਂ ਦੇ ਨਾਲ ਸਾਡਾ ਉਸ ਤਰ੍ਹਾਂ ਹੀ ਰਾਬਤਾ ਹੈਗਾ, ਲੋਕਾਂ ਦੇ ਨਾਲ ਅਸੀਂ ਮਿਲਦੇ ਗਿਲਦੇ ਹੈਗੇ ਆ। ਇੱਕ ਜੰਗ ਹਾਰ ਜਾਣ ਦਾ ਮਤਲਬ ਇਹ ਨਹੀਂ ਹੈਗਾ ਕਿ ਘਰ ਬੈਠ ਜਾਣ ਵਾਲੀ ਗੱਲ। ਤੇ ਜਗਮੀਤ ਬਰਾੜ ਅੱਜ ਆ ਗਏ ਨੇ, ਬਹੁਤ ਚੰਗੀ ਗੱਲ ਹੈ, ਚਲੋ ਤੁਹਾਨੂੰ ਬਹੁਤ ਬਹੁਤ ਵਧਾਈਆਂ। 7 ਵਾਰ ਹਾਰੇ ਨੇ, ਫਿਰ ਵੀ ਉਹਨਾਂ ਨੇ ਹਾਰ ਮੰਨੀ ਨਹੀਂ, 2 ਵਾਰ ਜਿੱਤੇ, 7 ਵਾਰ ਭਾਵੇਂ ਉਹਨਾਂ ਨੇ ਹਾਰ ਲਈ, ਕੋਈ ਗੱਲ ਨਹੀਂ ਜੀ। ਉਹ ਦੇਖੋ ਕਦੇ ਆਪਣੇ ਘਰ ਤਾਂ ਨਹੀਂ ਬੈਠੇ, ਲੋਕਾਂ ਲਈ ਲੋਕਾਂ ਵਿੱਚ ਵਿਚਰਦੇ ਤਾਂ ਰਹੇ ਆ ਨਾ। ਇਸ ਕਰਕੇ ਤੁਸੀਂ ਇਹ ਕਦੇ ਨਹੀਂ ਕਹਿ ਸਕਦੇ ਕਿ ਉਹ ਜਿਹੜੇ ਹੈਗੇ ਆ ਦਿਲ ਛੱਡ ਕੇ ਜਾਂ ਆਪਣਾ ਲੋਕਾਂ ਦੀ ਸੇਵਾ ਛੱਡ ਕੇ ਆਪਣੇ ਘਰ ਦੇ ਵਿੱਚ ਬੈਠ ਗਏ ਆ। ਠੀਕ ਹੈ, ਉਹਨਾਂ ਨੂੰ ਜਿਹੜਾ ਹੈਗਾ ਹਾਰ ਜਿੱਤ ਦਾ ਇੱਕ, ਦੇਖੋ ਹਾਰਨ ਤੋਂ ਬਾਅਦ ਜਾਂ ਜਿੱਤਣ ਤੋਂ ਬਾਅਦ ਇੰਨੀ ਉਹ ਗੱਲ ਹੈਗੀ ਆ। ਸੈਂਟਰ ਮੈਂ ਸਮਝ ਗਿਆ, ਹਾਰ ਤਾਂ ਉਹਨਾਂ ਨੇ ਮੰਨੀ ਨਹੀਂ, ਹਾਰ ਉਹਨਾਂ ਨੇ ਮੰਨੀ ਨਹੀਂ। ਇਹ ਪਿਛਲੇ ਮਹੀਨੇ ਤੱਕ ਰਾਦਰ ਇਸੇ ਮਹੀਨੇ ਕੈਪਟਨ ਅਮਰਿੰਦਰ ਸਿੰਘ ਨੇ ਜਿਹੜੇ ਉਹ ਮੈਸੇਜਸ ਭੇਜੇ ਆ ਉਹਨਾਂ ਨੂੰ ਦੇਖ ਕੇ ਤਾਂ ਇਹੀ ਲੱਗਦਾ ਕਿਵੇਂ ਉਹ ਤਰਲੋ ਮੱਛੀ ਹੋ ਰਹੀ ਸੀ ਕਿ ਮੈਨੂੰ ਵਾਪਸ ਪੋਲੀਟਿਕਸ 'ਚ ਆਉਣਾ, ਮੈਂ ਸਾਰੀ ਪਾਰਟੀਆਂ ਟਰਾਈ ਕਰ ਲਈਆਂ, ਆਪਣੀ ਵੀ ਬਣਾ ਲਈ, ਪਰ ਮੈਂ ਕਿੱਧਰ ਜਾਵਾਂ। ਕਿਆ ਇਹਨਾਂ ਨੇ ਠੁਕਰਾ ਦਿੱਤਾ, ਚਲੋ ਹੁਣ ਤੁਸੀਂ ਲੈ ਲਿਓ ਉਹਨਾਂ ਨੂੰ ਨਾਲ। ਨਹੀਂ ਨਹੀਂ, ਮੈਂ ਉਹਦਾ ਜਵਾਬ ਦਿੰਦਾ ਗੌਰਵ ਜੀ। ਹਾਂਜੀ ਹਾਂਜੀ, ਉਹਨਾਂ ਨੇ ਡਿਨਾਈ ਨਹੀਂ ਕਰਿਆ ਕਿ ਮੈਂ ਇਹਨਾਂ ਨੂੰ ਮੈਸੇਜ ਨਹੀਂ ਕਰੇ, ਉਹਨਾਂ ਨੇ ਨਹੀਂ ਕਿਹਾ ਹੈਗਾ। ਉਹ ਲੋਕਾਂ ਦੇ ਨੇਤਾ ਹੈਗੇ ਆ, ਲੋਕਾਂ ਦੇ ਵਿੱਚ ਜਾਣ ਲਈ, ਲੋਕਾਂ ਦੀ ਸੇਵਾ ਕਰਨ ਲਈ। ਹਰ ਬੰਦਾ ਚਾਹੁੰਦਾ ਕਿ ਉਹ ਪਾਵਰ ਦੇ ਵਿੱਚ ਰਹੇ, ਲੋਕਾਂ ਦੇ ਵਿੱਚ ਰਹੇ, ਲੋਕਾਂ ਦੇ ਕੰਮ ਕਰਾ ਸਕੇ। ਉਹਨਾਂ ਨੇ ਇੱਕ ਵਾਰੀ ਵੀ ਡਿਨਾਈ ਨਹੀਂ ਕੀਤਾ ਕਿ ਮੈਂ ਮੈਸੇਜ। ਚਲੋ ਮੇਰਾ ਸਵਾਲ ਲੈ ਲਓ ਘੱਟ ਸ਼ਬਦਾਂ ਦੇ ਵਿੱਚ, ਉਹਨਾਂ ਨੇ ਮੈਸੇਜ ਡਿਨਾਈ ਨਹੀਂ ਕੀਤੇ। ਹਾਸ਼ੀਏ ਤੇ ਗਿਆ ਹੋਇਆ ਉਹ ਆਗੂ, ਉਹ ਨੇਤਾ ਜਗਮੀਤ ਬਰਾੜ, 9 ਵਾਰ ਚੋਣਾਂ ਲੜੀਆਂ, 2 ਵਾਰ ਹਾਰੇ, 7 ਵਾਰ ਹਾਰੇ, 2 ਵਾਰ ਜਿੱਤੇ। ਉਹਨਾਂ ਨੇ ਮੈਸੇਜ ਸਪੈਸ਼ਲੀ ਆਪਣਾ ਸਪੈਸੀਫਿਕਲੀ ਇਹ ਲਿਖਿਆ, ਤੁਹਾਡੇ ਬਾਰੇ ਅਕਾਲੀ ਦਲ ਨੂੰ ਠਿਕਾਣੇ ਲਾ ਦਾਂਗੇ, ਤੁਹਾਨੂੰ ਫਿਕਸ ਕਰ ਦਾਂਗੇ, ਤਾਂ ਵੀ ਕੋਈ ਦਿੱਕਤ ਨਹੀਂ, ਤੁਹਾਨੂੰ ਹੀ ਠੋਕਰ ਨੂੰ ਫਿਰਦੇ ਸੀ, ਕਹਿੰਦਾ ਭਾਵ ਇਹ ਪੰਜਾਬੀ ਦੇ ਵਿੱਚ, ਫਿਰ ਵੀ ਰੱਖ ਲਿਆ ਉਹਨਾਂ ਨੂੰ। ਦੇਖੋ ਗੱਲ ਇਹ ਆ, ਮੈਸੇਜ ਕੀ ਲਿਖੇ ਹੋਏ ਆ, ਦੇਖੋ ਮੈਂ ਤਾਂ ਗੌਰਵ ਜੀ ਹਾਲੇ ਤੱਕ ਪੜ੍ਹੇ ਨਹੀਂ ਹੈਗੇ। ਫਿਰ ਤੁਸੀਂ ਪੜ੍ਹ ਕੇ ਆਉਣੇ ਸੀ, ਕਿਉਂ ਨਹੀਂ ਪੜ੍ਹੇ? ਪੜ੍ਹਿਆ ਹੈਗਾ ਕਿ ਉਹਨਾਂ ਨੇ ਇਹ ਗੱਲ ਕਹੀ। ਦੇਖੋ ਉਹਨਾਂ ਨੇ ਇੱਕ ਗੱਲ ਜ਼ਰੂਰ ਕਹੀ ਕਿ ਮੈਂ ਜਿਹੜਾ ਹੈਗਾ ਮੈਂ ਮੈਸੇਜ ਇਹਨਾਂ ਨੂੰ ਕਰੇ। ਹਾਂ, ਔਰ ਉਹ ਲੋਕਾਂ ਦੇ ਲੀਡਰ ਹੈਗੇ ਆ, ਸੇਵਾ ਕਰਨ ਲਈ ਜਿਹੜਾ ਹੈਗਾ ਉਹਨਾਂ ਨੇ ਜਿਹੜਾ ਬੈਸਟ ਰਸਤਾ ਦੇਖਿਆ ਉਸ ਰਸਤੇ ਨੂੰ ਉਹਨਾਂ ਨੇ ਅਪਣਾਇਆ। ਬੈਸਟ ਨਹੀਂ, ਓਪਰਚੁਨਿਸਟ ਲੱਗਦਾ, ਬੈਸਟ ਨਹੀਂ ਓਪਰਚੁਨਿਸਟ ਲੱਗਦਾ, ਉਹ ਤਾਂ ਓਪਰਚੁਨਿਸਟ ਲੱਗਦਾ। ਹਾਸ਼ੀ ਤੇ ਗਿਆ ਹੋਇਆ ਨੇਤਾ ਜਿਹੜਾ ਕਿ ਸੱਤਾ ਦੇ ਵਿੱਚ ਆਉਣ ਲਈ ਤਰਲੋ ਮੱਛੀ ਹੋ ਰਿਹਾ ਹੋਵੇ, ਉਹ ਮੈਸੇਜ ਕਰਦਾ ਕਿ ਅਕਾਲੀ ਦਲ ਨੂੰ ਮੈਂ ਫਿਕਸ ਕਰ ਦੂੰਗਾ, ਮਤਲਬ ਪਾ ਉਹਨਾਂ ਦੀ ਚੰਗੀ ਆਦਰ ਖਾਤਰ ਕਰ ਦੂੰਗਾ, ਤੁਸੀਂ ਟੈਨਸ਼ਨ ਨਾ ਲਓ ਮਹਾਰਾਜਾ ਸਾਹਿਬ, ਮੈਂ ਆ ਜਾਊਂਗਾ। ਅਜਿਹੀਆਂ ਗੱਲਾਂ ਲਿਖੀਆਂ, ਉਸਦੇ ਬਾਵਜੂਦ ਵੀ ਤੁਸੀਂ ਲੈ ਲੈਂਦੇ ਹੋ, ਤੁਹਾਡੀ ਸਮਝ ਨਹੀਂ ਪਈ ਸਵਿਤਾ ਜੀ? ਇਹ ਗੌਰਵ ਜੀ ਇਹ ਗੱਲ ਮਹਾਰਾਜਾ ਸਾਹਿਬ ਤੇ ਵੀ ਅਪਲਾਈ ਕਰਦੀ ਹੈ। ਐਗਜੈਕਟਲੀ ਉਹਨਾਂ ਨੇ ਲਿੱਤਾ ਨਹੀਂ, ਮੈਂ ਤਾਂ ਹੀ ਤਾਂ ਕਹਿ ਰਿਹਾ, ਇਹਨਾਂ ਤੋਂ ਜਾ ਰਿਹਾ ਮੈਂ ਕਾਂਗਰਸ ਕੋਲੋਂ। ਫਿਰ ਅਕਾਲੀ ਦਲ ਦੇ ਵਿੱਚ ਆ ਗਏ ਸੀ, ਦੇਖੋ ਅਕਾਲੀ ਦਲ ਦੇ ਵਿੱਚ ਆ ਗਏ ਸੀ, ਫਿਰ ਅਕਾਲੀ ਦਲ ਤੋਂ ਬਾਅਦ ਉਹਨਾਂ ਨੇ ਆਪਣਾ ਇੱਕ ਅਕਾਲੀ ਦਲ ਬਣਾ ਲਿਆ ਸੀ, ਫਿਰ ਉਹ ਕਾਂਗਰਸ ਦੇ ਵਿੱਚ ਚਲੇ ਗਏ। ਦੇਖੋ ਇਹ ਗੱਲ ਇਹ ਜਿਹੜੀ ਹੈਗੀ ਆ, ਉਹਨਾਂ ਨੂੰ ਵੀ ਫਿਰ ਅਪਰਚੁਨਿਟੀ ਸਿਖਾਓ ਨਾ ਤੁਸੀਂ। ਹਾਂ ਬਿਲਕੁਲ ਹੋਏਗਾ, ਸਾਰੇ ਇਹ ਮਾਪਦੰਡ ਸਾਰਿਆਂ ਲਈ ਬਰਾਬਰ ਹੈ ਸਵਿਤਾ ਜੀ। ਮਹਾਰਾਜਾ ਸਾਹਿਬ ਦਾ ਵੀ ਸਫ਼ਰ ਸਵਿਤਾ ਜੀ, ਤੁਸੀਂ ਲੈ ਹੀ ਲੈਂਦੇ ਜਗਮੀਤ ਬਰਾੜ ਨੂੰ, ਅਸੀਂ ਹਾਸ਼ੀਏ ਤੇ ਗਏ ਹੋਏ ਆਗੂਆਂ ਦੀ ਗੱਲ ਕਰ ਰਹੇ ਹਾਂ, ਕੀ ਗੱਲ ਤੁਸੀਂ ਕਾਹਨੂੰ ਨਹੀਂ ਲਿੱਤਾ ਉਹਨਾਂ ਨੂੰ? ਸੇਵਾ ਕਰਨ ਲਈ ਤਾਂ ਚਾਹ ਰਹੇ ਸੀਗੇ, ਦੇਖੋ ਹੁਣ ਅਕਾਲੀ ਦਲ ਜਾ ਕੇ ਸੇਵਾ ਕਰਨਗੇ। ਹਾਸ਼ੀਏ ਤੇ ਰਹੇ ਆ ਜੀ। ਹਾਂ, ਤੁਸੀਂ ਵੀ ਨਾਲ ਰੱਖਦੇ, ਸੇਵਾ ਲੈ ਲੈਂਦੇ ਉਹਨਾਂ ਦੀ, ਹਾਸ਼ੀਏ ਤੇ ਰਹੇ ਹੈਗੇ। ਹਾਂ ਗੌਰਵ ਜੀ, ਇੱਦਾਂ ਹੈਗਾ ਕਿ ਪੋਲਿਟਿਕਸ ਜਿਹੜੀ ਹੈਗੀ ਉਹ ਇੱਕ ਸੇਵਾ ਦੇ ਰੂਪ ਵਿੱਚ ਆਈ ਸੀਗੀ ਪਬਲਿਕ ਵਿੱਚ, ਕਿ ਅਸੀਂ ਸੇਵਾ ਕਰਨੀ ਹੈ ਦੁਨੀਆ ਦੀ। ਔਰ ਜਿਹੜੀ ਪੋਲਿਟਿਕਸ ਦੇ ਲੀਡਰ ਬਣੇ ਸੀਗੇ ਉਹ ਇੱਦਾਂ ਸੀਗਾ ਵੀ ਇੱਕ ਪਾਵਰ ਮਿਲ ਜਾਂਦੀ ਹੈ ਤੇ ਬੰਦਾ ਲਾਸਟ ਸਕੇਲ ਤੇ ਕੰਮ ਕਰ ਸਕਦਾ ਹੈਗਾ। ਜੇ ਫੰਡਿੰਗ ਹੋਣ ਲੱਗ ਜਾਂਦੀ ਹੈ ਸੈਂਟਰ ਦੀ
ਸਟੇਟ ਦੀ ਤਾਂ ਉਹ ਹੋਰ ਲੋਕਾਂ ਦੀ ਮਦਦ ਕਰ ਸਕਦਾ ਹੈਗਾ, ਜਿਹੜਾ ਉਸਦੇ ਵਿੱਚ ਉਤਸ਼ਾਹ ਹੈਗਾ ਉਸਨੂੰ ਲਾਸਟ ਸਕੇਲ ਤੇ ਕੰਮ ਕਰ ਸਕਦਾ ਹੈਗਾ ਸੇਵਾ ਦੇ ਰੂਪ ਵਿੱਚ। ਲੇਕਿਨ ਅੱਜ ਕੱਲ ਇਹ ਚੀਜ਼ ਖਤਮ ਹੁੰਦੀ ਜਾ ਰਹੀ ਹੈਗੀ ਹੈ ਤੇ ਪੋਲਿਟਿਕਸ ਇੱਕ ਬਿਜ਼ਨਸ ਦੀ ਤਰ੍ਹਾਂ ਬਣਦੀ ਜਾ ਰਹੀ ਹੈਗੀ ਹੈ। ਇਸੇ ਕਰਕੇ ਕੁਛ ਜਿਹੜੇ ਟਿਕਟ ਮੰਗਦੇ ਹੈਗੇ ਆ ਉਹਨਾਂ ਨੂੰ ਪਤਾ ਵੀ ਹੁੰਦਾ ਵੀ ਅਸੀਂ ਹਾਰ ਜਾਣਗੇ, ਤਦ ਵੀ ਉਹ ਪਾਰਟੀ ਦੇ ਪਿੱਛੇ ਪਏ ਰਹਿੰਦੇ ਹੈਗੇ। ਤੇ ਪਾਰਟੀ ਕਈ ਵਾਰ ਹੁੰਦਾ ਹੈ ਕਿ ਕਾਫੀ ਟਾਈਮ ਤੋਂ ਉਹ ਬੰਦੇ ਨੇ ਕੰਮ ਕੀਤਾ ਹੁੰਦਾ, ਉਸਦੀ ਸਾਲੋਂ ਨਿਕਲ ਚੁੱਕੇ ਹੁੰਦੇ ਆ ਪਾਰਟੀ ਵਿੱਚ, ਇਸ ਕਰਕੇ ਪਾਰਟੀ ਉਸ ਦਾ ਆਦਰ ਰੱਖਦੇ ਹੋਏ ਉਸਨੂੰ ਪਾਰਟੀ ਟਿਕਟ ਦੇ ਦਿੰਦੀ ਹੈਗੀ ਹੈ। ਲੇਕਿਨ ਇੱਦਾਂ ਦੇ ਉਮੀਦਵਾਰਾਂ ਨੂੰ ਇਹ ਸੋਚਣ ਦੀ ਲੋੜ ਹੈਗੀ ਹੈ ਵੀ ਅਸੀਂ ਸਿਰਫ ਆਪਣੀ ਟਿਕਟ ਹੀ ਨਹੀਂ ਲੈਣਾ, ਆਪਣੇ ਵੈਸਟਡ ਇੰਟਰਸਟ ਵਾਸਤੇ ਹੀ ਟਿਕਟ ਨਹੀਂ ਲੈਣਾ, ਅਸੀਂ ਜਿੱਤਣਾ ਵੀ ਹੈ। ਜੇ ਉਹਨਾਂ ਨੂੰ ਲੱਗਦਾ ਹੈਗਾ ਸਾਨੂੰ ਪਬਲਿਕ ਨਹੀਂ ਲਾਈਕ ਕਰਦੀ ਪਈ ਹੈਗੀ ਤੇ ਉਹਨਾਂ ਨੂੰ ਟਿਕਟ ਦੀ ਡਿਮਾਂਡ ਨਹੀਂ ਰੱਖਣੀ ਚਾਹੀਦੀ ਹੈਗੀ ਹੈ। ਕਈ ਵਾਰ ਪਾਰਟੀਜ਼ ਦੇ ਹੱਥ ਵੀ ਬੰਦ ਜਾਂਦੇ ਹੈਗੇ ਕਿ ਬਹੁਤ ਪੁਰਾਣਾ ਤਾਂ ਮੈਂ ਜਾਣਨਾ ਚਾਹ ਰਿਹਾ ਕਿ ਪਾਰਟੀ ਦੇ ਹੱਥ ਕਿਵੇਂ ਬੰਨੇ ਜਾਂਦੇ ਆ। ਲੇਕਿਨ ਜਿਹੜਾ ਬੰਦਾ ਆਪਣੀ ਕੰਪੇਨ ਕਿਵੇਂ ਬੰਨੇ ਜਾਂਦੇ ਆ ਅੱਜ ਦੱਸੋ ਨਾ ਲੋਕਾਂ ਨੂੰ, ਉਹਦਾ ਤੇ ਕੈਂਡੀਡੇਟਸ ਨੂੰ ਟਿਕਟ ਦੇਣਾ, ਤੁਹਾਡੀ ਬਾਹ ਪਾਰਟੀਆਂ ਦੀ ਬਾਹ ਕਿਵੇਂ ਮਰੋੜ ਲੈਂਦੇ ਆ ਕੈਂਡੀਡੇਟਸ, ਇਹ ਦੱਸੋ ਨਾ। ਇਹ ਤਾਂ ਅਸੀਂ ਜਾਣਨਾ ਚਾਹ ਰਹੇ ਹਾਂ ਆਖਿਰ ਤੁਹਾਡੀ ਕਿਹੜੀ ਮਜਬੂਰੀ ਬਣ ਜਾਂਦੀ ਹੈ ਇਹਨਾਂ ਨੂੰ ਬਾਰ ਬਾਰ ਟਿਕਟ ਦੇਣਾ। ਲੋਕਾਂ ਨੇ ਇੱਕ ਵਾਰ ਨਕਾਰਤਾ ਨੇਤਾ ਨੂੰ, ਉਹਨੂੰ ਵੋਟਾਂ ਨਹੀਂ ਪਾਈਆਂ, ਹਰਾਤਾ, ਸਾਈਡ ਤੇ ਕਰੋ, ਦੂਜਾ ਲੈ ਕੇ ਆਓ ਉਮੀਦਵਾਰ, ਕਿਉਂ ਨਹੀਂ ਹੁੰਦਾ ਬਾਰ ਬਾਰ ਉਹਨੂੰ ਕਿਉਂ ਲੈ ਕੇ ਜਾਣਾ? ਜਾਂ ਤਾਂ ਇੰਡੀਆ ਦੇ ਵਿੱਚ ਪਾਪੂਲੇਸ਼ਨ ਦੀ ਕਮੀ ਹੈ, ਯੋਗ ਬੰਦਿਆਂ ਦੀ ਕਮੀ ਹੋਵੇ, ਦਿੱਕਤ ਕਾਹਦੀ ਹੈ? ਆ ਗੁਰਪ੍ਰੀਤ ਜੀ ਬੈਠੇ ਆ, ਨੌਜਵਾਨ ਤੁਸੀਂ ਬੈਠੇ ਹੋ, ਆਖਿਰ ਤੁਹਾਨੂੰ ਮੌਕੇ ਕਦੋਂ ਮਿਲਣਗੇ? ਇਕਬਾਲ ਜੀ ਬੈਠੇ, ਧਾਰਨੀ ਜੀ ਸਾਰੇ ਬੈਠੇ ਆ, ਪੀਰ ਮੁਹੰਮਦ ਸਾਹਿਬ, ਅਗਰ ਇਹਨਾਂ ਨੂੰ ਮੌਕੇ ਕਦੋਂ ਮਿਲਣਗੇ? ਜੇ ਇੱਕ ਬੰਦਾ ਹਟੇਗਾ ਹੀ ਨਹੀਂ, ਦੂਜੇ ਆਣਗੇ ਨਹੀਂ। ਗੌਰਵ ਜੀ, ਉਹ ਟਾਈਮ ਦੂਰ ਨਹੀਂ ਹੈਗਾ ਜਦ ਪਾਰਟੀਆਂ ਨੂੰ ਇਹ ਸਮਝ ਆ ਜੂਗਾ ਕਿ ਵਰਕਰ ਔਰ ਯੂਥ ਨੂੰ ਵੀ ਚਾਂਸ ਦੇਣਾ ਚਾਹੀਦਾ, ਉਸਨੂੰ ਵੀ ਅੱਗੇ ਲੈ ਕੇ ਆਉਣਾ ਚਾਹੀਦਾ ਹੈਗਾ। ਲੇਕਿਨ ਹਾਂ, ਹਲੇ ਤੱਕ ਉਹ ਟਾਈਮ ਸ਼ਾਇਦ ਨਹੀਂ ਆਇਆ ਹੈਗਾ, ਇਹ ਸਮਝ ਨਹੀਂ ਆਇਆ ਹੈਗਾ, ਹੋਰ ਸ਼ਾਇਦ ਇੱਕ ਹਾਰਨ ਤੋਂ ਬਾਅਦ ਸਮਝ ਆ ਜਾਏਗੀ ਪਾਰਟੀਆਂ ਦੇ। ਲੇਕਿਨ ਕਈ ਵਾਰ ਕੀ ਹੁੰਦਾ ਹੈਗਾ ਕਿ ਜਿਹੜਾ ਬੰਦੇ ਨੂੰ ਟਿਕਟ ਮਿਲਦੀ ਹੈਗੀ ਹੈ ਉਸਨੇ ਚਾਹੇ ਹਾਰਨ ਦੇ ਬਾਅਦ ਵੀ ਉਸ ਏਰੀਆ ਵਿੱਚ ਇੰਨਾ ਕੰਮ ਕਰ ਲਿੱਤਾ ਹੁੰਦਾ ਹੈ ਕਿ ਉਹਨਾਂ ਨੂੰ ਟਿਕਟ ਦੇਣਾ ਪਾਰਟੀ ਸਹੀ ਸਮਝਦੀ ਹੈਗੀ ਹੈ। ਤੇ ਕਈ ਏਰੀਆਜ਼ ਹੁੰਦੇ ਆ ਜਿਸਦੇ ਸੋਚ ਐਕਸਪੈਰੀਮੈਂਟ ਕਿੰਨੀ ਵਾਰ ਹੋਏਗਾ ਇਕਬਾਲ ਜੀ? ਰਾਈਟ, ਮਤਲਬ ਕਿ ਬੰਦਾ ਹਾਰ ਗਿਆ, ਇੱਕ ਵਾਰ ਹਾਰ ਗਿਆ, ਦੋ ਵਾਰ ਹਾਰ ਗਿਆ, ਪਰ ਉਹ ਇਸ ਇਲਾਕੇ 'ਚ ਰਹਿ ਰਿਹਾ, ਉਹ ਕਹਿੰਦਾ ਜੀ ਮੈਂ ਲੋਕਾਂ 'ਚ ਵਿਚਰ ਰਿਹਾ, ਮੈਂ ਉਹਨਾਂ ਦੀ ਖੁਸ਼ੀ ਗਮੀ ਦੇ ਵਿੱਚ ਜਾ ਰਿਹਾ, ਭੋਗ 'ਚ ਜਾ ਰਿਹਾ, ਵਿਆਹਾਂ 'ਚ ਜਾ ਰਿਹਾ, ਅਤੇ ਮੈਂ ਤਾਂ ਉਹਨਾਂ ਦਾ ਬੰਦਾ ਹੈਗਾ, ਉਹਨਾਂ ਦੇ ਵਿਚਰ ਰਿਹਾ, ਭਾਵੇਂ ਦੋ ਵਾਰ ਹਾਰ ਚੁੱਕਾ, ਤੀਜੀ ਵਾਰ ਵੀ ਮੇਰਾ ਹੀ ਜਿਹੜਾ ਹੈ ਦਾਅਵਾ ਪੁਖਤਾ ਹੈਗਾ, ਤਾਂ ਵੀ ਟਿਕਟ ਮੈਨੂੰ ਹੀ ਦਿਓ। ਇਹ ਕਦੋਂ ਤੱਕ ਚੱਲਦਾ ਰਹੇਗਾ? ਅਗਰ ਇੱਦਾਂ ਹੀ ਚੱਲਦਾ ਰਹੇਗਾ ਤਾਂ ਫਿਰ ਬਾਕੀ ਜਿਹੜੇ ਲਾਈਨ 'ਚ ਖੜ੍ਹੇ ਆ ਵਿਚਾਰੇ ਉਹ ਕੀ ਕਰਨਗੇ ਫਿਰ? ਇਕਬਾਲ ਜੀ, ਗੌਰਵ ਜੀ ਇਹ ਸਾਡਾ ਕਾਨੂੰਨ ਇਹੋ ਜਿਹਾ ਲੱਚਰ ਹੈਗਾ, ਜੇ ਇੱਥੇ ਇੱਕ ਵਾਰ ਜਾਂ ਦੋ ਵਾਰ ਦੋ ਟਰਮਾਂ ਹੋਵੇ ਸਿਸਟਮ, ਵੀ ਇਹ ਤੋਂ ਵੱਧ ਤੁਸੀਂ ਲੜ ਨਹੀਂ ਸਕਦੇ, ਤੇ ਮੇਰੇ ਖਿਆਲ ਆਟੋਮੈਟਿਕ ਘਰ ਬੈਠ ਜਾਣ। ਬਾਕੀ ਇਹਨਾਂ ਨੂੰ ਤਾਂ ਹੁਣ ਇੱਥੇ ਤੱਕ ਸ਼ਰਮ ਨਹੀਂ ਹੈਗੀ ਵੀ ਅਸੀਂ ਬਜ਼ੁਰਗ ਹੋ ਕੇ ਤੁਰਿਆ ਸਾਤੋਂ ਜਾਂਦਾ ਨਹੀਂ ਹੈਗਾ, ਅਸੀਂ ਕੋਚ ਦੀ ਭੂਮਿਕਾ 'ਚ ਆ ਜਾਈਏ। ਹੁਣ ਸਵਿਤਾ ਜੀ ਬੈਠੀ, ਇਹਨਾਂ ਨੇ ਵੀ ਅਪਲਾਈ ਕਰਿਆ ਸੀ, ਪਵਨ ਬਾਂਸਲ ਜੀ ਬਜ਼ੁਰਗ ਹੋ ਗਏ, ਉਹਨਾਂ ਦੀ ਇੱਜ਼ਤ ਹੈ ਕਿ ਰਾਜੀ ਕੋਈ ਨਹੀਂ, ਪਵਨ ਬਾਂਸਲ ਕਹਿੰਦੇ ਮੈਂ ਹਲੇ ਜਵਾਨ ਆ, ਸਾਰੇ ਲੱਗੇ ਹੋਏ ਆ, ਸਾਰੇ ਘੱਟ ਕੋਈ ਨਹੀਂ ਹੈਗਾ ਸਿਆਸਤ 'ਚ, ਸਾਰੇ ਜਵਾਨ ਹੁੰਦੇ ਆ। ਗੱਲ ਫਿਰ ਤਾਂ ਉਹੀ ਆ, ਜਦੋਂ ਜਦੋਂ ਇਹਨਾਂ ਦੀ એનર્ਜੀ ਖਤਮ ਹੋ ਜਾਣੀ, 55-60 ਦੇ ਹੋ ਜਾਣਗੇ, ਫਿਰ ਇਹਨਾਂ ਨੂੰ ਟਿਕਟ ਦੇ ਦੇਣਗੇ। ਜਿਹੜਾ ਕੰਮ ਹੁਣ ਇਹ ਸਵਿਤਾ ਜੀ ਇਸ ਟਾਈਮ ਕਰ ਸਕਦੀ ਹੈ, ਇਹ ਉਹ 60 ਸਾਲ ਦੀ ਉਮਰ 'ਚ ਥੋੜੀ ਨਾ ਕਰ ਪਾਊਗੀ। ਐਗਜ਼ੈਕਟਲੀ, ਹੁਣ ਤਾਂ ਭੱਜ ਘੱਟ ਕਰ ਲੈਣਗੇ ਵਿਚਾਰੇ। ਸਾਡੇ ਇਲੈਕਸ਼ਨ ਦੇ ਰਿਫੋਰਮ ਹੋਣੇ ਬਹੁਤ ਜ਼ਰੂਰੀ ਆ, ਇਹ ਦੋ ਟਰਮ ਤੋਂ ਬਾਅਦ ਕਿਸੇ ਨੂੰ ਟਿਕਟ ਹੋਣੀ ਨਹੀਂ ਚਾਹੀਦੀ, ਤਾਂ ਕਰਕੇ ਸਿਸਟਮ ਲੋਟ ਆਉਣਾ। ਬਾਕੀ ਜਿਹੜੇ ਬਜ਼ੁਰਗ ਹੋ ਗਏ ਨੇਤਾ, ਇਹਨਾਂ ਨੂੰ ਕੋਚ ਦੀ ਭੂਮਿਕਾ 'ਚ ਆ ਜਾਣਾ ਚਾਹੀਦਾ, ਨਵਿਆਂ ਨੂੰ ਮੌਕਾ ਦੇਣ, ਨਹੀਂ ਤਾਂ ਪਾਰਟੀਆਂ ਖਤਮ ਹੋ ਜਾਂਦੀਆਂ। ਤੁਹਾਨੂੰ ਦੇਖ ਕੇ ਨਾ ਤੁਸੀਂ, ਆਪਣਾ ਕਾਂਗਰਸ ਖਤਮ ਹੋ ਗਏ, 35 ਸਾਲ ਬਜ਼ੁਰਗੇ ਕੰਮ ਕਰੀ ਗਏ ਕੰਟੀਨਿਊ ਬੰਗਾਲ 'ਚ, ਅੱਜ ਉਹਨਾਂ ਨੂੰ ਨੌਜਵਾਨ ਨੇਤਾ ਹੀ ਨਹੀਂ ਲੱਭਦਾ, ਉਹ ਪਾਰਟੀ ਖਤਮ ਹੋ ਗਈ। ਪਾਰਟੀ ਖਤਮ ਹੋ ਗਈ, ਜੇ ਪਾਰਟੀ ਨੌਜਵਾਨਾਂ ਨੂੰ, ਪਾਰਟੀਆਂ ਖਤਮ ਹੋ ਜਾਣਗੀਆਂ।
ਨਹੀਂ ਠੀਕ ਹੈ, ਆਮ ਆਦਮੀ ਪਾਰਟੀ ਉਹ ਜਾਏਗੀ ਅੱਗੇ, ਆਮ ਆਦਮੀ ਪਾਰਟੀ ਤਾਂ ਨਹੀਂ ਖਤਮ ਹੋਏਗੀ ਕਿਉਂਕਿ ਦੋ ਕੈਂਡੀਡੇਟ ਤੁਸੀਂ ਵੀ ਹਾਰੇ ਹੋਏ ਤਾਰ ਤੇ, ਕਾਨੂੰਨ ਜ਼ਰੂਰ ਬਦਲਾਂਗੇ ਅਸੀਂ ਵੀ ਇੱਕ ਵਾਰ ਆ ਦੋ ਟਰਮ ਬਸ ਉਹਨੂੰ ਦੋ, ਤੀਜੀ ਨਾ ਦੋ, ਇਹ ਤਾਂ ਪਰਿਵਾਰਵਾਦ ਵੀ ਟੁੱਟ ਜੂਗਾ ਆਟੋਮੈਟਿਕ, ਸਭ ਕੁਛ ਨਵੇਂ ਨੌਜਵਾਨ ਕਿਹੜੀ ਪਾਰਟੀ ਨੌਜਵਾਨ ਹੈ ਸਾਡੇ ਚ, ਅਜੇ ਵੀ 90% ਨੌਜਵਾਨ ਹੈਗੇ, ਇੱਕ ਅੱਧਾ ਹੋਊਗਾ ਜੇ ਹੋਇਆ ਉਮਰ ਦਰਾਜ, ਅਸੀਂ ਫੇਰ ਵੀ ਨਾਲ ਅੱਗੇ ਆਏਗੇ, ਸਾਡਾ ਨੀ ਬਣਾਇਆ ਇਹ ਸਿਸਟਮ, ਪਹਿਲਾਂ ਦਾ ਚੱਲਿਆ ਰਿਹਾ ਉਹਦੇ ਅਕੋਰਡਿੰਗ ਇਹ ਚੱਲ ਰਿਹਾ, ਜਿੱਦਣ ਅਸੀਂ ਪੂਰਾ ਸੱਤਾ ਚਾਹੋਗੇ ਤਾਂ ਹੀ ਸੁਧਾਰ ਹੋਏਗਾ, ਕਹਿਣ ਦਾ ਭਾਵ ਹੈ ਸੱਤਾ ਚਾਹੋਗੇ ਤਾਂ ਹੀ ਸੁਧਾਰ ਹੋਏਗਾ, ਪਰ ਇਹ ਸੁਧਾਰ ਦੀ ਲਹਿਰ ਸ਼ੁਰੂ ਕਿੱਥੋਂ ਹੋਏਗੀ? ਗੁਰਪ੍ਰੀਤ ਜੀ, ਇੱਕ ਜਾਂ ਦੋ, ਤੀਜੇ ਤੇ ਸਿੱਧਾ ਹੀ ਨੋ। ਦੇਖੋ ਤੁਹਾਨੂੰ ਤਾਂ ਤੁਸੀਂ ਤਾਂ ਹਲੇ ਆਪਣੇ ਬਾਲ ਡਾਈ ਕੀਤੇ ਨਹੀਂ, ਪਰ ਜਿਹਨਾਂ ਨੇ ਹੁਣ ਬਾਲ ਡਾਈ ਕਰਨ ਦੀ ਨੌਬਤ ਆ ਗਈ, 40-40, 50-50 ਸਾਲ ਤੋਂ ਉੱਪਰ ਹੋ ਗਏ, ਧੱਕੇ ਨਾਲ ਹੀ ਬੈਠੇ ਹੋਏ ਆ ਬਾਲ ਡਾਈ ਕਰਕੇ, ਤੁਹਾਡੇ ਨਾਲ ਜਵਾਨਾਂ ਨਾਲ ਰੇਸ ਲੜਨੀ ਹੈ ਅਸੀਂ ਬੈਠੇ ਹਾਂ। ਮੈਂ ਕਿਸੇ ਨੂੰ ਨਹੀਂ ਟਾਰਗੇਟ ਕਰ ਰਿਹਾ, ਮੈਂ ਵੈਸੇ ਗੱਲ ਕਹਿ ਰਿਹਾ ਕਿ ਜੋ ਨੌਜਵਾਨ ਬੰਦਾ ਕਰ ਸਕਦਾ ਉਦੋਂ ਉਹਨੂੰ ਮੌਕਾ ਮਿਲਣਾ ਚਾਹੀਦਾ। ਦਿਸ ਇਜ਼ ਵਾਟ ਆਈ ਐਮ ਟ੍ਰਾਇੰਗ ਟੂ ਸੇ। ਕਹਿਣ ਦਾ ਭਾਵ ਹੈ ਕਿ ਪਾਰਟੀਆਂ ਕਦੋਂ ਸੋਚਣਗੀਆਂ? ਗੌਰਵ ਜੀ, ਜਿੱਥੋਂ ਤੱਕ ਮੇਰੀ ਪਾਰਟੀ ਦਾ ਸਵਾਲ ਹੈ, ਭਾਰਤੀ ਜਨਤਾ ਪਾਰਟੀ, ਹਾਂ, ਅਸੀਂ ਬਿਲੀਵ ਕਰਦੇ ਹਾਂ ਕਿ ਨਾਲ ਦੀ ਨਾਲ ਜਿਹੜੀ ਨੈਕਸਟ ਜਨਰੇਸ਼ਨ ਹੈ ਉਹ ਵੀ ਤਿਆਰ ਹੋਣੀ ਚਾਹੀਦੀ ਹੈ। ਆਹੋ ਤਾਂ ਹੀ ਅਡਵਾਨੀ ਸਾਹਿਬ ਤੁਸੀਂ ਬਿਠਾਤਾ, ਮੈਨੂੰ ਪਤਾ ਹੈ ਮੁਰਲੀ ਮਨੋਹਰ ਜੋਸ਼ੀ, ਅਡਵਾਨੀ ਸਾਰੇ ਬਿਠਾਤੇ ਤੁਸੀਂ, ਮਾਰਗਦਰਸ਼ਕ ਮੰਡਲ ਬਣਾਤਾ ਜਨਰੇਸ਼ਨ ਦੇ ਅੰਦਰ, ਜਿੰਨਾ ਫਿਰਕਾਵਾਦ ਤੁਸੀਂ ਭਰ ਰਹੇ ਹੋ। ਭਾਜੀ ਮੈਂ ਤਾਂ ਸ਼ੁਰੂ ਕੀਤਾ ਯਾਰ, ਮੇਰਾ ਟਾਈਮ ਹੈ ਜੇ ਹੁਣ ਜੇ ਸ਼ੁਰੂ ਆਇਆ ਤੁਸੀਂ ਮੈਨੂੰ ਗੱਲ ਕਰ ਲੈਂਦੇ, ਉਸ ਤੋਂ ਬਾਅਦ ਤੁਸੀਂ ਕਰਨਾ ਜੀ, ਤੁਹਾਡੇ ਕੋਲ ਹੀ ਆ ਰਹੇ ਹਾਂ ਸਵਾਲ। ਮੈਂ ਕਹਿ ਰਿਹਾ ਸੀਗਾ ਕਿ ਜਿਹੜੀ ਨਾਲ ਦੀ ਨਾਲ, ਹਾਂ, ਨਾਲ ਦੀ ਨਾਲ ਅਗਲੀ ਜਨਰੇਸ਼ਨ ਜਿਹੜੀ ਆ ਉਹਨੂੰ ਤਿਆਰ ਕਰਨਾ, ਉਹਦੇ 'ਚ ਲੀਡਰਸ਼ਿਪ ਕੁਆਲਿਟੀਜ਼ ਜਿਹੜੀਆਂ ਉਹ ਅੱਗੇ ਡਿਵੈਲਪ ਕਰਨੀਆਂ, ਉਹਨੂੰ ਅੱਗੇ ਮੌਕਾ ਵੀ ਦੇਣਾ, ਇਹ ਸਾਰਾ ਕੁਛ ਚਾਹੀਦਾ। ਸੀਟਾਂ ਇੱਕ, ਮੈਂ ਇੱਕ ਗੱਲ ਇਹਨਾਂ ਨੇ ਕੀਤੀ ਸੀਗੀ ਕਿ ਉਹ ਹਾਰ ਜਿੱਤ ਵਾਲੀ ਜਿਹੜੀ ਤੁਸੀਂ ਸ਼ੁਰੂ ਕੀਤਾ ਸੀ ਗੱਲ, ਕਿ ਆਪਾਂ ਹੁਣ ਕੋਈ ਵੀ ਖੇਡ ਹੈ ਉਹਦੇ 'ਚ ਦੋ ਭਲਵਾਨ ਲੜਦੇ ਨੇ ਤੇ ਇੱਕ ਨੇ ਹਾਰਨਾ ਇੱਕ ਨੇ ਜਿੱਤਣਾ, ਇਹ ਤਾਂ ਬਣਿਆ ਹੋਇਆ। ਠੀਕ ਹੈ, ਗੱਲ ਇਹ ਹੈ ਕਿ ਜੇ ਤਾਂ ਪਬਲਿਕ ਨੇ ਇਹਨੇ ਬਹੁਤ ਹੀ ਬੁਰੀ ਤਰ੍ਹਾਂ ਹਰਾਇਆ ਜਾਂ ਬਹੁਤ ਹੀ ਬੁਰੀ ਤਰ੍ਹਾਂ ਨਕਾਰਤਾ, ਰਾਈਟ, ਦੈਨ ਤੇ ਤੁਸੀਂ ਇਸ ਗੱਲ ਨੂੰ ਕਹਿ ਸਕਦੇ ਹੋ ਵੀ ਯਾਰ ਇਹਨੂੰ ਪਬਲਿਕ ਨੇ ਪਸੰਦ ਨਹੀਂ ਕੀਤਾ। ਬਿਲਕੁਲ ਠੀਕ ਹੈ, ਜੇ ਮਾਰਜਨ ਥੋੜਾ ਜਿਹਾ ਹੈਗਾ ਵਾ, ਬਿਲਕੁਲ ਨੋਮੀਨਲ ਜਿਹਾ ਮਾਰਜਨ ਦੇ ਉੱਤੇ ਕੋਈ ਸੀਟ ਹਾਰ ਜਾਂਦੀ ਹੈ ਤਾਂ ਇਹਨੂੰ ਹਾਰ ਨਹੀਂ ਮੰਨਣਾ ਚਾਹੀਦਾ, ਕਿਉਂਕਿ ਉਹ ਠੀਕ ਹੈ, ਇੱਕ ਠੀਕ ਹੈ, ਸਹੀ ਪੁਆਇੰਟ ਹੈ ਤੁਹਾਡਾ, ਉਹਨੂੰ ਵੀ ਤੇ ਆਖਰਕਾਰ ਕੁਝ ਵੋਟਾਂ ਪਈਆਂ ਨੇ ਨਾ। ਹਾਂ ਹਾਂਜੀ, 19-21 ਦਾ ਫਰਕ ਜਾਇਜ਼ ਹੈ, ਚਲੋ ਮੰਨ ਗਏ ਤੁਹਾਡੀ ਗੱਲ, ਹਾਂ 19-21 ਦਾ ਫਰਕ ਦੇ। ਦੂਜੀ ਗੱਲ ਇਹ ਬੈਲੈਂਸ ਰੱਖਣਾ ਜ਼ਰੂਰੀ ਹੈ। ਇੱਕ ਤੋਂ ਹੀ ਕਹਾਵਤ ਪੁਰਾਣੀ ਸੁਣੀ ਹੋਣੀ ਹੈ ਕਿ ਉਹ ਕੋ ਬਰਾਤ ਕਹਿੰਦੇ ਜੀ ਸਾਰੇ ਨੌਜਵਾਨ ਹੋਣੇ ਚਾਹੀਦੇ ਨੇ ਤੇ ਆਪਣਾ ਤੁਸੀਂ ਆਉਣਾ ਬਰਾਤ ਤੇ, ਤੇ ਉਹਨਾਂ ਨੇ ਕਿਹਾ ਜੀ ਜੇ ਤੁਹਾਡੀ ਇਹ ਸ਼ਰਤ ਹੈ ਨੌਜਵਾਨਾਂ ਵਾਲੀ ਤੇ ਸਾਡੀ ਵੀ ਸ਼ਰਤ ਹੈ ਵੀ ਜਿਹੜੇ ਸਾਰਾ ਹਰ ਬਰਾਤੀ ਨੂੰ ਇੱਕ ਇੱਕ ਬੱਕਰਾ ਪੂਰਾ ਖਾਣਾ ਪਊਗਾ। ਹੁਣ ਮੁੰਡੇ ਨੌਜਵਾਨ ਫਸ ਗਏ ਉੱਥੇ, ਉਹ ਕਹੇ ਇੱਕ ਨੇ ਕਿਹਾ ਵੀ ਇੱਕ ਬਾਪੂ ਨੂੰ ਨਾਲ ਟਰੰਕ 'ਚ ਬੰਦ ਕਰਕੇ ਲੈ ਜਾਓ, ਬਜ਼ੁਰਗ ਨੂੰ ਨਾਲ ਲੈ ਗਏ,
ਉਹ ਜਦੋਂ ਉਹਨਾਂ ਨੇ ਸਰਵ ਕਰਨ ਦੀ ਵਾਰੀ ਆਈ ਹੁਣ ਕੱਲਾ ਕੱਲਾ ਬੰਦਾ ਇੱਕ ਬੁੱਕਰ ਬੱਕਰਾ ਨਹੀਂ ਸੀ ਖਾ ਸਕਦਾ ਤੇ ਜਿਹੜਾ ਬਜ਼ੁਰਗ ਟਰੰਕ 'ਚ ਬੈਠਾ ਸੀ ਉਹਨੇ ਸਲਾਹ ਦਿੱਤੀ ਵੀ ਇਹਨਾਂ ਨੂੰ ਕਹੋ ਵੀ ਇੱਕ ਇੱਕ ਬਣਾਈ ਲਿਆਓ ਔਰ ਲਈ ਆਓ ਤੇ ਅਸੀਂ ਖਾਈ ਜਾਂਦੇ ਹਾਂ ਜਿੰਨੇ ਬੰਦੇ ਆ ਉਨੇ ਬੱਕਰੇ ਖਾਧੇ ਜਾਂਦੇ ਆ ਸੋ ਬਜ਼ੁਰਗ ਦਾ ਆਪਦਾ ਰੋਲ ਹੁੰਦਾ ਸਿਆਣੇ ਬੰਦੇ ਦੀ ਆਪਦੀ ਇਕਬਾਲ ਜੀ ਕਹਿ ਤਾਂ ਰਹੇ ਕੋਚ ਦੀ ਭੂਮਿਕਾ ਜਾ ਜਾਣਾ ਚਾਹੀਦਾ ਗੱਲ ਤੁਹਾਡੀ ਬਹੁਤ ਵਧੀਆ ਇਕਬਾਲ ਜੀ ਦਾ ਜਿਹੜਾ ਫਾਰਮੂਲਾ ਉਹ ਠੀਕ ਹੈ ਬੈਲੈਂਸ ਇਹ ਕੱਲੇ ਯੰਗਸਟਰ ਹੀ ਨਹੀਂ ਅਸੀਂ ਅਸੀਂ ਯੰਗਸਟਰ ਦੇ ਵਿੱਚ ਜੇ એનર્ਜੀ ਹੈ ਅਸੀਂ ਸਾਡਾ ਕਹਿਣ ਦਾ ਭਾਵ ਹੈ ਦੂਜਿਆਂ ਨੂੰ ਮੌਕਾ ਮਿਲਣਾ ਚਾਹੀਦਾ ਇਹ ਐਕਸਪੀਰੀਅੰਸ ਹੈ ਐਗਜ਼ੈਕਟਲੀ ਹਾਂ ਬਿਲਕੁਲ ਮਿਲਣਾ ਚਾਹੀਦਾ ਇਹ ਬੈਲੈਂਸ ਰਹਿ ਕੇ ਦੋਵਾਂ ਦੀ ਆਪਣੀ ਆਪਣੀ ਭੂਮਿਕਾ ਹੈ ਹਰ ਪਾਰਟੀ ਜਦੋਂ ਬੈਲੈਂਸ ਬਣਾ ਕੇ ਚੱਲੇਗੀ ਫਿਰ ਤਾਂ ਠੀਕ ਹੈ ਜੇ ਤੁਸੀਂ ਇੱਕ ਹੀ ਉਹ ਲੰਗੜੇ ਘੋੜੇ ਤੇ ਦਾ ਸਾਰੇ ਹਮੇਸ਼ਾ ਲਾਈ ਜਾਣੇ ਨੇ ਇਹੀ ਤਾਂ ਗੱਲ ਕਹਿ ਰਹੇ ਇੱਕ ਵਾਰਾਂ ਡਿਫੀਟ ਹੋ ਗਿਆ ਦੋ ਵਾਰਾਂ ਡਿਫੀਟ ਹੋ ਗਿਆ ਤਿੰਨ ਵਾਰਾਂ ਡਿਫੀਟ ਹੋ ਗਿਆ ਮੈਂ ਜਗਮੀਤ ਬਰਾੜੀ ਤਾਂ ਹੀ ਤਾਂ ਗੱਲ ਕਹਿ ਰਿਹਾ ਸੀਗਾ 9 ਵਾਰ ਚੋਣਾਂ ਲੜੀਆਂ 7 ਵਾਰ ਹਾਰ ਗਏ 9 ਵਾਰ ਚੋਣਾਂ ਲੜੀਆਂ 7 ਵਾਰ ਹਾਰ ਗਏ ਫਿਰ ਵੀ ਕਹਿੰਦੇ ਮੈਂ ਲੜਨਾ ਫਿਰ ਵੀ ਆ ਗਏ ਹੁਣ ਜਾਂ ਤਾਂ ਇਹ ਲੜਾ ਰਹੇ ਆ ਜਾਂ ਉਹਨਾਂ ਨੂੰ ਵੀ ਉਹ ਕੀ ਹਿਸਾਬ ਕਿਤਾਬ ਹੈ ਪਤਾ ਨਹੀਂ ਇਹਨਾਂ ਦਾ ਮੈਂ ਗੌਰਵ ਜੀ ਇੱਥੇ ਇੱਕ ਐਗਜ਼ਾਮਪਲ ਦੇਣੀ ਚਾਹੁੰਗਾ ਹੁਣ ਸਾਡੇ ਚੰਡੀਗੜ੍ਹ ਤੋਂ ਹੀ ਹੈ ਆਮ ਆਦਮੀ ਪਾਰਟੀ ਨੇ ਹਰਮੋਹਨ ਧਵਨ ਨੂੰ ਇਸ ਵਾਰੀ ਆਪਣਾ ਕੈਂਡੀਡੇਟ ਬਣਾਇਆ ਐਗਜ਼ੈਕਟਲੀ ਇਹ ਵੀ ਹੈ ਜਿੰਨੀਆਂ ਹਿੰਦੁਸਤਾਨ ਦੇ ਵਿੱਚ ਪਾਰਟੀਆਂ ਨੇ ਉਹਨਾਂ ਨੇ ਕੋਈ ਛੱਡੀ ਨਹੀਂ ਹਾਂ 89 ਦੇ ਵਿੱਚ ਕਿਸੇ ਪਾਰਟੀ ਤੋਂ ਜਨਤਾ ਦਲ ਤੋਂ ਜਿੱਤ ਕੇ ਆਏ ਸੀਗੇ ਉਸ ਤੋਂ ਬਾਅਦ 92 ਉਸ ਤੋਂ ਬਾਅਦ 96 99 ਹਰ ਇਲੈਕਸ਼ਨ ਉਹ ਲੜੇ ਨੇ ਕਿਸੇ ਡਿਫਰੈਂਟ ਪਾਰਟੀ ਤੋਂ ਹਰ ਵਾਰੀ ਉਹਨਾਂ ਨੇ ਆਪਦੀ ਕਿਸਮਤ ਕਿਸੇ ਡਿਫਰੈਂਟ ਪਾਰਟੀ ਤੋਂ ਅਜਮਾਈ ਹੈ ਤੇ ਕਦੀ 16,000 ਵੋਟ ਪੈ ਗਈ ਕਦੀ 40 ਪੈ ਗਈ ਕਦੀ ਘੱਟਦੀ ਘੱਟਦੀ 12 ਰਹਿ ਗਈ ਉਹ ਹਰ ਵਾਰੀ ਜਿਹੜਾ ਉਹਦਾ ਪਬਲਿਕ ਜਿਹੜੀ ਆ ਉਹ ਨਕਾਰ ਦਿੰਦੀ ਹੈ ਇੱਕ ਵਾਰੀ ਜਿੱਤੇ ਸੀਗੇ 1988 ਇਹਦਾ ਜਵਾਬ ਤੇ ਇਕਬਾਲ ਜੀ ਦੇ ਦੇਣਗੇ ਇਹਨਾਂ ਦੀ ਵੀ ਮਜਬੂਰੀ ਹੈ ਠੀਕ ਹੈ ਹਾਂ 2019 ਦੇ ਵਿੱਚ ਆਣ ਕੇ ਵੀ ਉਹਨਾਂ ਦੀ ਜਿਹੜੀ ਇਲੈਕਸ਼ਨ ਲੜਨ ਦੀ ਇੱਛਾ ਉਹ ਖਤਮ ਨਹੀਂ ਹੋਈ ਇਹੀ ਤਾਂ ਮੈਂ ਗੱਲ ਕਹਿ ਰਿਹਾ ਇਹੀ ਸਵਾਲ ਇਹੀ ਹੈ ਕਿ ਇਹਨਾਂ ਨੇ ਤਾਂ ਹਟਣਾ ਨਹੀਂ ਇਹਨਾਂ ਨੇ ਤਾਂ ਹਟਣਾ ਨਹੀਂ ਤੁਹਾਨੂੰ ਆਪਣੇ ਇਹਨਾਂ ਇਹਨਾਂ ਨੇ ਤਾਂ ਹਟਣਾ ਨਹੀਂ ਪਾਰਟੀਆਂ ਨੂੰ ਸੁਧਰਨਾ ਪੈਣਾ ਟਿਕਟ ਦੀ ਹਮਾਇਤ ਕਰ ਰਹੇ ਸੀਗੇ ਅੱਜ ਇਹਨਾਂ ਨੂੰ ਇਹੋ ਦੱਸ ਦੇਣ ਵੀ ਇਹਨਾਂ ਨੇ ਆਮ ਆਦਮੀ ਪਾਰਟੀ ਨੇ ਅੱਜ ਹਰਮੋਹਨ ਧਵਨ ਨੂੰ ਜਿਨ੍ਹਾਂ ਦੀ ਉਮਰ ਲਗਭਗ 85 ਸਾਲ ਤੋਂ ਉੱਪਰ ਹੋ ਗਈ ਹੋਣੀ ਹੈ ਮੈਨੂੰ ਜਿਹੜਾ ਅੰਦਾਜ਼ਾ ਲੱਗਦਾ 80-85 ਤੋਂ ਗੇਟ ਤੋਂ ਉੱਪਰ ਨੇ ਅੱਜ ਉਹਨਾਂ ਨੂੰ ਟਿਕਟ ਦੇ ਹੀ ਫਿਰਦੇ ਨੇ ਇਹਨਾਂ ਨੂੰ ਕੋਈ ਨੌਜਵਾਨ ਨਹੀਂ ਲੱਭਿਆ ਇਹ ਫਰੈਸ਼ ਪਾਰਟੀ ਹੈ ਇਹਨਾਂ ਕੋਈ ਫਰੈਸ਼ ਚਿਹਰਾ ਹੈ ਨਹੀਂ ਸੀਗਾ ਇਹ ਤਾਂ ਇਕਬਾਲ ਜੀ ਦੱਸਣਗੇ ਕਰਨੈਲ ਜੀ ਲਿਓ ਮੁਹੰਮਦ ਸਾਹਿਬ ਪੀਰ ਮੁਹੰਮਦ ਸਾਹਿਬ ਜਿਵੇਂ ਹਰਮੋਹਨ ਧਵਨ ਦੀ ਗੱਲ ਕੀਤੀ ਇਹਨਾਂ ਨੇ ਚੰਡੀਗੜ੍ਹ 'ਚ ਆਮ ਆਦਮੀ ਪਾਰਟੀ ਤੁਸੀਂ ਵੀ ਬੀਰ ਦਵਿੰਦਰ ਨੂੰ ਉਤਾਰਤਾ ਮੈਦਾਨ ਦੇ ਵਿੱਚ ਅਤੇ ਉਹਦੇ ਲਈ ਤੁਸੀਂ ਪੂਰੇ ਅੜ ਵੀ ਗਏ ਆਮ ਆਦਮੀ ਪਾਰਟੀ ਨਾਲ ਸਮਝੌਤਾ ਵੀ ਨਹੀਂ ਕੀਤਾ ਅਤੇ ਬੀਰ ਦਵਿੰਦਰ ਜਿੰਦੇ ਉੱਪਰ ਤੁਸੀਂ ਦਾਅ ਖੇਡਿਆ ਉਹਨਾਂ ਨੇ ਪਾਰਟੀ ਕੋਈ ਛੱਡੀ ਨਹੀਂ ਇੰਨੀ ਕਿਹੜੀ ਮਜਬੂਰੀ ਸੀਗੀ ਤੁਹਾਡੀ ਵੀ ਜਿਹੜਾ ਪਾਰਟੀਆਂ ਗੌਰਵ ਵਾਲੀਆ ਜੀ ਜਿਹੜਾ ਪਾਰਟੀਆਂ ਦੀ ਦਲ ਬਦਲੀ ਤੇ ਵਫਾਦਾਰੀਆਂ ਦੀ ਬਦਲੀ ਦਾ ਦੌਰ ਚੱਲਿਆ ਹੋਇਆ ਨਾ ਇਸ ਨੇ ਬਿਲਕੁਲ ਇੱਕ ਜਿਹੜਾ ਇਹ ਭਰੋਸਾ ਹੁੰਦਾ ਜਨਤਾ ਦੇ ਵਿੱਚ ਉਹ ਬਿਲਕੁਲ ਕ੍ਰੈਡੀਬਿਲਟੀ ਖਤਮ ਕਰ ਦਿੱਤੀ ਸਾਰੀਆਂ ਪਾਰਟੀਆਂ ਦੀ ਬਿਲਕੁਲ ਠੀਕ ਕਿਸੇ ਇੱਕ ਪਾਰਟੀ ਦਾ ਨਾਂ ਨਹੀਂ ਅੱਜ ਲਿਆ ਜਾ ਸਕਦਾ ਕਿ ਉਹ ਦੁੱਧ ਧੋਤੀ ਰਹਿ ਗਈ ਏ ਜਿੱਥੋਂ ਤੱਕ ਅਕਾਲੀ ਦਲ ਬਾਦਲ ਏ ਜਾਂ ਕਾਂਗਰਸ ਏ ਮੌਜੂਦਾ ਪੰਜਾਬ ਦੀ ਇਹਨਾਂ ਨੂੰ ਤਾਂ ਹੁਣ ਸਿਰਫ ਆਪਣੇ ਨਾਂ ਬਦਲ ਲੈਣੇ ਚਾਹੀਦੇ ਆ ਆਪਣੇ ਫੱਟੇ ਚੇਂਜ ਕਰ ਲੈਣ ਜਿੱਥੇ ਅਕਾਲੀ ਦਲ ਬਾਦਲ ਲਿਖਿਆ ਉੱਥੇ ਕਾਂਗਰਸ ਲਿਖ ਦੇਣ ਜਿੱਥੇ ਕਾਂਗਰਸ ਏ ਉੱਥੇ ਅਕਾਲੀ ਦਲ ਬਾਦਲ ਆ ਜਾਵੇ ਕਿਉਂਕਿ ਤੁਸੀਂ ਦੋਨਾਂ ਪਾਸਿਆਂ 'ਚ ਦੇਖੋ ਜਿਹੜੇ ਕਾਂਗਰਸ ਦੇ ਵਿੱਚੋਂ ਨਿਕਲ ਰਹੇ ਨੇ ਉਹ ਧੜਾ ਧੜ ਅਕਾਲੀ ਦਲ ਬਾਦਲ ਦੇ ਵਿੱਚ ਵੜ ਰਹੇ ਨੇ ਤੇ ਜਿਹੜੇ ਬਾਦਲ ਅਕਾਲੀ ਦਲ ਦੇ ਵਿੱਚੋਂ ਨਿਕਲ ਰਹੇ ਨੇ ਹਾਂ ਲੱਗਦਾ ਰਿਹਾ ਕੋਈ ਸਵੈਪਿੰਗ ਜੀ ਹੋ ਰਹੀ ਹੈ ਬਸ ਤੁਸੀਂ ਇੱਧਰ ਆ ਜਾਓ ਥੋੜੇ ਦਿਨ ਫਿਰ ਇੱਧਰ ਆ ਜਾਓ ਇੱਧਰ ਇਹੀ ਕਰ ਰਹੇ ਆ ਇਹ ਲੱਗਦਾ ਹੀ ਰਿਹਾ ਥੋੜਾ ਜਿਹਾ ਧਾਰਨ ਜੀ ਵਧੀਆ ਦੱਸਣਗੇ ਵੈਸੇ ਦੇਖੋ ਇਹ ਜਿਹੜੀ ਆਸੋਈ ਨੀ ਸਥਿਤੀ ਬਣੀ ਹੈ ਇਸ ਨੇ ਇੱਕ ਤਾਂ ਪਬਲਿਕ ਡੋਮੇਨ ਦੇ ਵਿੱਚ ਇੱਕ ਬੜਾ ਵੱਡਾ ਸੁਨੇਹਾ ਦਿੱਤਾ ਹੈ ਉਹ ਪੰਜਾਬ ਵਾਸੀਆਂ ਨੂੰ ਦੇਸ਼ ਵਾਸੀਆਂ ਨੂੰ ਜ਼ਰੂਰ ਸਮਝਣਾ ਚਾਹੀਦਾ ਹੈ ਕਿ ਲੀਡਰਾਂ ਦੇ ਮਗਰ ਲਾ ਕੇ ਆਪਣੀ ਨਿੱਜੀ ਦੁਸ਼ਮਣੀ ਜਿਹੜੀ ਉਹ ਪੈਦਾ ਨਾ ਕਰੋ ਜਗਮੀਤ ਸਿੰਘ ਬਰਾੜ ਜਿਸ ਕਦਰ ਬੋਲਦੇ ਰਹੇ ਨੇ ਉਹਨਾਂ ਨੇ ਕਿਹਾ ਸੀ ਪੰਜ ਪਾਪੀ ਨੇ
ਤੇ ਪੰਜ ਪਾਪੀਆਂ ਦੇ ਵਿੱਚ ਉਹਨਾਂ ਨੇ ਨਾਮ ਲਿਆ, ਸਰਦਾਰ ਪ੍ਰਕਾਸ਼ ਸਿੰਘ ਬਾਦਲ ਦਾ, ਸਰਦਾਰ ਸੁਖਬੀਰ ਸਿੰਘ ਬਾਦਲ ਦਾ, ਬੀਬੀ ਹਰਸਿਮਰਤ ਕੌਰ ਬਾਦਲ ਦਾ, ਸਰਦਾਰ ਬਿਕਰਮ ਸਿੰਘ ਮਜੀਠੀਆ ਦਾ। ਇਸ ਤਰ੍ਹਾਂ ਕਰਕੇ ਉਹਨਾਂ ਨੇ ਪੰਜ ਨਾਮ ਕਹਿ ਕੇ ਇਹ ਪੰਜ ਪਾਪੀ ਨੇ, ਤੇ ਹੁਣ ਪੰਜਾਂ ਪਾਪੀਆਂ ਦੇ ਹੱਥੋਂ ਉਹਨਾਂ ਨੇ ਸਰੋਪਾ ਲੈ ਕੇ ਤੇ ਪਾਰਟੀ ਨੂੰ ਜੁਆਇਨ ਕਰ ਲਿਆ। ਤੇ ਜਿਸ ਕਦਰ ਉਹਨਾਂ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਸਨੇਹ ਦਿੱਤੇ ਆ ਕਿ ਮੈਨੂੰ ਤੁਸੀਂ ਇੱਧਰ ਕਾਂਗਰਸ 'ਚ ਲੈ ਲਓ, ਤੇ ਕੈਪਟਨ ਅਮਰਿੰਦਰ ਸਿੰਘ ਨੂੰ ਵੀ ਯਾਦ ਕਰਾ ਦਿੱਤਾ ਹੋਣਾ ਕਿ ਉਹ ਕਿਵੇਂ ਇੱਕ ਟਿਕਟ ਵਾਸਤੇ ਉਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਦੇ ਕੋਲ ਉਹ ਕਿੰਨੀ ਵੇਟ ਕਰਦੇ ਰਹੇ। ਸੋ ਇਸ ਤਰ੍ਹਾਂ ਦੇ ਹਾਲਾਤ ਜਿਹੜੇ ਨੇ, ਇਹ ਪ੍ਰਕਾਸ਼ ਸਿੰਘ ਬਾਦਲ ਉਹ ਹੀ ਨੇ ਜਿਨ੍ਹਾਂ ਨੇ 1957 ਦੇ ਵਿੱਚ ਕਾਂਗਰਸ ਦੀ ਟਿਕਟ ਤੋਂ ਚੋਣ ਲੜੀ, ਤੇ ਉਸ ਤੋਂ ਬਾਅਦ ਉਹਨਾਂ ਨੇ ਕੁੜਮਾਚਾਰੀ ਆਪਣੀ ਜਿਹੜੀ ਬਨਾਲੀ ਕੈਰੋਂ ਪਰਿਵਾਰ ਦੇ ਨਾਲ, ਕੈਰੋਂ ਪਰਿਵਾਰ ਨੂੰ, ਫਿਰ ਮਜੀਠੀਆ ਪਰਿਵਾਰ, ਉਹ ਵੀ ਕਾਂਗਰਸੀ ਸੀ। ਸੋ ਸਮੇਂ ਦੇ ਵਿੱਚ ਇਹ ਸਾਰਾ ਬਦਲਾਅ ਲਿਆ ਕੇ ਲੋਕਾਂ ਦੇ ਵਿੱਚ ਇਸ ਤਰ੍ਹਾਂ ਦਾ ਮੈਸੇਜ ਦੇ ਦਿੱਤਾ ਹੈ ਕਿ ਟਕਸਾਲੀ ਸੋਚ ਜਿਹੜੀ ਹੈ, ਇਸੇ ਕਰਕੇ ਸ਼੍ਰੋਮਣੀ ਅਕਾਲੀ ਦਲ ਟਕਸਾਲੀ ਨੇ ਹੁਣ ਕਿਹੜੇ ਕਿਹੜਾ ਮੈਸੇਜ ਦਿੱਤਾ ਵੀਰ ਦਵਿੰਦਰ ਸਿੰਘ ਜਿਹੜਾ ਵੀਰ ਦਵਿੰਦਰ ਨੂੰ ਮੈਂ ਤੁਹਾਨੂੰ ਦੱਸਦਾ ਸਰਦਾਰ ਦਵਿੰਦਰ ਤੁਸੀਂ ਸਰਦਾਰ ਵੀਰ ਦਵਿੰਦਰ ਸਿੰਘ ਦੀ ਗੱਲ ਕੀਤੀ ਹੈ। ਵੀਰ ਦਵਿੰਦਰ ਸਿੰਘ ਨੇ ਟੌੜਾ ਸਾਹਿਬ ਦੀ ਬਰਸੀ ਦੇ ਉੱਤੇ ਰੋ ਕੇ ਕਿਹਾ ਸੀ, ਅੱਖਾਂ ਦੇ ਵਿੱਚ ਅੰਜੂ ਲਿਆ ਕੇ, ਕਿ ਮੈਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਦਾ ਪ੍ਰਧਾਨ ਰਹਿ ਚੁੱਕਾ ਔਰ ਮੈਂ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਸੇਵਾ ਕਰਨੀ ਚਾਹੁੰਦਾ ਸੀ, ਲੇਕਿਨ ਮੇਰੇ ਪੈਰ ਨਹੀਂ ਲੱਗਣ ਦਿੱਤੇ। ਇਸੇ ਤਰ੍ਹਾਂ ਹੀ ਜਿਹੜੇ ਸਰਦਾਰ ਜਗਮੀਤ ਸਿੰਘ ਬਰਾੜ ਨੇ, ਬੜੇ ਚੰਗੇ ਵਿਅਕਤੀ ਨੇ, ਉਹ ਵੀ ਫੈਡਰੇਸ਼ਨ ਦੇ ਤੁਹਾਡੀ ਮਜਬੂਰੀ ਦਾ ਪ੍ਰਧਾਨ ਰਹਿ ਦੱਸੋ, ਪਹਿਲਾਂ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਉਹ ਵੀ ਹਾਰ ਗਏ, ਇੰਨੀਆਂ ਪਾਰਟੀਆਂ ਚੇਂਜ ਕਰ ਲਈਆਂ, ਤੁਹਾਡੀ ਮਜਬੂਰੀ ਕੀ ਸੀ? ਅਕਾਲੀ ਦਲ ਟਕਸਾਲੀ ਦੀ ਮਜਬੂਰੀ ਕੀ ਸੀ ਵੀਰ ਦਵਿੰਦਰ ਨੂੰ ਖੜਾ ਕਰਨ ਦੇ ਲਈ? ਬਾਕੀਆਂ ਦੀਆਂ ਗੱਲਾਂ ਤੁਸੀਂ ਸਾਰੀ ਪਾਰਟੀਆਂ ਹੀ ਦੱਸਤੇ, ਸਾਰੇ ਆਪਣੀ ਦੱਸੋ। ਇਹ ਵਾਲੀਆ ਸਾਹਿਬ, ਵਾਲੀਆ ਸਾਹਿਬ ਇਹ ਜਿਹੜਾ ਗ੍ਰਹਿਣ ਹੈ ਨਾ, ਇਹ ਸਾਰੇ ਪਾਸੇ ਲੱਗਾ ਹੋਇਆ ਹੈ, ਇਸ ਗ੍ਰਹਿਣ ਤੋਂ ਕੋਈ ਪਾਰਟੀ ਤੁਹਾਡੇ ਵੀ ਲੱਗ ਗਿਆ ਕਹਿਣ ਦਾ ਭਾਵ ਹੈ ਤੁਸੀਂ ਵੀ ਬਚਾ ਨਹੀਂ ਸਕੇ, ਤੁਸੀਂ ਤਾਂ ਕਹਿ ਰਹੇ ਸੀ ਵੱਖਰੀ ਸੋਚ ਵਾਲੇ, ਮੈਂ ਤਾਂ ਸੋਚਿਆ ਸੀ ਆਮ ਆਦਮੀ ਪਾਰਟੀ ਵੱਲ ਤੁਸੀਂ ਆਏ ਹੋ ਲਾਸਟ, ਗ੍ਰਹਿਣ ਉੱਧਰ ਵੀ ਲੱਗਿਆ ਹੋਇਆ। ਠੀਕ ਹੈ, ਤੁਹਾਡੇ ਵੀ ਲੱਗ ਗਿਆ। ਦਲ ਬਦਲੀ, ਇਹ ਦਲ ਬਦਲੀ ਦਾ ਇੱਕੋ ਇੱਕ ਹੱਲ ਹੈ, ਦਲ ਬਦਲੀ ਦਾ ਇੱਕੋ ਇੱਕ ਹੱਲ ਹੈ, ਜਿਵੇਂ ਇੱਕ MLA ਇੱਕ MP ਕੋਈ ਆਪਣੀ ਪਾਰਟੀ ਬਦਲਦਾ ਤੇ ਉਹਨੂੰ ਡਿਸਕੁਆਲੀਫਾਈ ਹੋਣਾ ਪੈਂਦਾ, ਇਸੇ ਤਰ੍ਹਾਂ ਹੀ ਪਾਰਟੀਆਂ ਦੇ ਉੱਤੇ ਵੀ ਜਦੋਂ ਰਜਿਸਟ੍ਰੇਸ਼ਨ ਹੋਈ ਹੋਈ ਪਾਰਟੀਆਂ ਦੀ, ਤਾਂ ਉਹਨਾਂ ਦੇ ਉੱਤੇ ਵੀ ਕਾਨੂੰਨ ਬਣਨਾ ਚਾਹੀਦਾ ਕਿ ਕੋਈ ਵੀ ਵਿਅਕਤੀ ਦੂਸਰੀ ਪਾਰਟੀ ਵਿੱਚ ਦਲ ਬਦਲੀ ਕਰਦਾ ਤਾਂ ਉਹਦੇ ਉੱਤੇ ਕੋਈ ਸਮਾਂ ਪਾਬੰਦੀ ਲੱਗੇ ਕਿ ਉਹ ਕੋਈ ਇਲੈਕਸ਼ਨ ਨਹੀਂ ਲੜ ਸਕਦਾ, ਧਰਨੀ ਸਾਹਿਬ ਕਿਉਂ ਨਹੀਂ ਬਣ ਸਕਦਾ? ਇਸ ਲਈ ਨਹੀਂ ਬਣ ਸਕਦਾ, MLA MP ਨੂੰ ਤਨਖਾਹ ਮਿਲਦੀ ਹੈ, ਕੋਈ ਪਾਰਟੀ ਦੇ ਵਰਕਰ ਨੂੰ ਕੋਈ ਤਨਖਾਹ ਨਹੀਂ ਮਿਲਦੀ, ਇਸ ਲਈ ਇਹ ਕਾਨੂੰਨ ਵੀ ਉੱਥੇ ਨਹੀਂ ਲਾਗੂ ਹੁੰਦਾ, ਪ੍ਰੋਬਲਮ ਇਹ ਹੈ। ਪਰ ਇਹੋ ਹੀ ਇਹਨੇ ਇੰਨਾ ਕੁ ਮਾਹੌਲ ਖਰਾਬ ਕਰ ਦਿੱਤਾ ਯਾਰ, ਅੱਜ ਲੋਕ ਇਹਦੇ ਤੇ ਭਰੋਸਾ ਕਰਨ ਨਹੀਂ, ਬਿਲਕੁਲ ਠੀਕ ਗੱਲ ਹੈ, ਬਿਲਕੁਲ ਠੀਕ ਹੈ। ਧਰਨੀ ਸਾਹਿਬ, ਸੁਰਜੀਤ ਸਿੰਘ ਰੱਖੜਾ ਸਮਾਣਾ ਤੋਂ ਹਾਰੇ ਹੋਏ ਉਮੀਦਵਾਰ, ਗੁਲਜ਼ਾਰ ਸਿੰਘ ਰਣੀਕੇ ਹਾਰੇ ਹੋਏ ਉਮੀਦਵਾਰ, ਮਹੇਸ਼ਿੰਦਰ ਗਰੇਵਾਲ ਜੀ ਹਾਰੇ ਹੋਏ ਉਮੀਦਵਾਰ, ਦਰਬਾਰਾ ਸਿੰਘ ਗੁਰੂ ਹਾਰੇ ਹੋਏ ਉਮੀਦਵਾਰ। ਅਕਾਲੀ ਦਲ ਕੋਲ ਥੋੜ ਪੈ ਗਈ ਕੈਂਡੀਡੇਟਸ ਦੀ, ਨਵੇਂ ਬੰਦੇ ਨਹੀਂ ਸੀਗੇ? ਨਹੀਂ ਗੌਰਵ ਜੀ, ਸਵਾਲ ਇਹ ਹੈਗਾ ਹਾਂ ਕਿ ਜਿੰਨਿਆਂ ਨੂੰ ਤੁਸੀਂ ਗਿਣਿਆ ਹੈਗਾ ਹਾਂ, ਇਹਨਾਂ ਦੀ ਇਹ ਵੀ ਕਹੋ ਵੀ ਮਹੇਸ਼ਿੰਦਰ ਸਿੰਘ ਗਰੇਵਾਲ ਜਿਹੜੇ ਹੈਗੇ ਸੀ ਜੇਤੂ ਔਰ ਮੰਤਰੀ ਰਹੇ, ਰਾਣੀਕੇ ਮੰਤਰੀ ਰਹੇ ਔਰ ਜੇਤੂ ਰਹੇ, ਠੀਕ ਹੈ, ਕਈ ਵਾਰ ਰਹੇ, ਬਿਲਕੁਲ ਹਾਂਜੀ ਹਾਂ ਰਹੇ, ਮੈਨੂੰ ਪਤਾ ਸਾਰਿਆਂ ਦਾ ਜੇਤੂ ਰਹੇ, ਕਦੋਂ ਕਦੋਂ ਰਹੇ? ਮੈਂ ਹਾਂ ਸਾਰੇ ਜੇਤੂ ਰਹੇ, ਲੋਕਾਂ ਦੀ ਸੇਵਾ ਕੀਤੀ ਔਰ ਲੋਕਾਂ ਦੇ ਵਿੱਚ ਵਿੱਚ ਰਹੇ, ਠੀਕ ਹੈ, ਇੱਕ ਵਾਰ ਹਾਰ ਕੇ ਲੋਕਾਂ ਨੂੰ ਪਿੱਠ ਦਿਖਾ ਕੇ ਕਦੇ ਭੱਜੇ ਨਹੀਂ ਹੈਗੇ, ਇਹ ਨਵਾਂ ਫੰਡਾ ਛੱਡਤਾ ਤੁਸੀਂ ਕਿ ਭੱਜੇ ਨਹੀਂ, ਲੋਕਾਂ ਦੀ ਸੇਵਾ ਦੇ ਵਿੱਚ ਹਮੇਸ਼ਾ, ਨਹੀਂ ਇਹ 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 ਇਹਦਾ ਪੈਮਾਨਾ ਕੀ ਹੋਇਆ ਕਿ ਭੱਜੇ ਨਹੀਂ?
ਤੁਹਾਡੇ ਕੈਡਰ ਘੱਟ ਹੈ, ਤੁਹਾਡੇ ਉਮੀਦਵਾਰ ਦੇ ਨਾਲ ਹੋਰ ਬੰਦੇ ਨਹੀਂ ਹੈਗੇ। ਪਾਰਟੀ ਇੰਨੀ ਵੱਡੀ ਵਿਸ਼ਾਲ ਪਾਰਟੀ ਹੁੰਦੀ ਹੈ, ਉਹਦੇ 'ਚ ਬੰਦੇ ਨਹੀਂ ਹੁੰਦੇ ਹੋਰ? ਕਹਿਣ ਦਾ ਭਾਵ ਇਹ ਹੈ ਅਸੀਂ ਉਹਨਾਂ ਦੀ ਗੱਲ ਕਰ ਰਹੇ ਹਾਂ ਜਿਹੜੇ ਲੜਨਾ ਚਾਹੁੰਦੇ ਆ। ਗੌਰਵ ਜੀ ਹਰ ਪਾਰਟੀ ਦੀ ਆਪਣੀ ਰਣਨੀਤੀ ਆ, ਆਪਣੀ ਆਈਡੀਓਲੋਜੀ ਹੈਗੀ ਆ, ਆਪਣੀ ਆਈਡੀਓਲੋਜੀ ਦੇ ਮੁਤਾਬਕ ਜਿਹੜੇ ਲੋਕ ਉਸ ਆਈਡੀਓਲੋਜੀ ਨੂੰ ਮੰਨਦੇ ਹੈਗੇ ਆ, ਕੱਲ ਵੀ ਆਈਡੀਓਲੋਜੀ ਦੇ ਸੀਗੇ ਆਪਾਂ, ਸਮਝਦੀ ਆ ਕਿ ਉਹ ਕਾਬਲ ਹੈਗੇ ਆ ਉਸ ਸੀਟ ਨੂੰ। ਦੇਖੋ ਗੱਲ ਇਹ ਆ, ਕੱਲ ਨੂੰ ਤੁਸੀਂ ਇੱਕ ਡਿਬੇਟ ਕਰਨੀ ਹੈ ਜਿਹਦੇ ਵਿੱਚ ਤੁਸੀਂ ਨੰਬਰ ਗਿਣਨੇ ਸ਼ੁਰੂ ਕਰ ਦੇਣੇ ਆ ਕਿ ਅਕਾਲੀ ਦਲ ਨੂੰ ਕਿੰਨੇ ਆਏ, ਫਲਾਣੇ ਨੂੰ ਕਿੰਨੇ ਆਏ, ਟਿਮਕੇ ਨੂੰ ਕਿੰਨੇ ਆਏ। ਜੇ ਸਾਡਾ ਕੈਂਡੀਡੇਟ ਕਾਬਲ ਨਹੀਂ ਹੋਊਗਾ ਤੇ ਉਹ ਜਿਹੜਾ ਹੈਗਾ ਸੀਟ ਨਹੀਂ ਕੱਢ ਸਕੂਗਾ, ਫਿਰ ਤੁਸੀਂ ਕੱਲ ਨੂੰ ਕਹਿ ਦੇਣਾ ਕਿ ਅਕਾਲੀ ਦਲ ਇੰਨੀਆਂ ਹਾਰ ਗਿਆ, ਕਾਂਗਰਸ ਇੰਨੀਆਂ ਜਿੱਤ ਗਿਆ, ਫਲਾਣਾ ਇੰਨੀਆਂ ਹਾਰ ਗਿਆ, ਇੰਨੀਆਂ ਜਿੱਤ ਗਿਆ। ਠੀਕ ਹੈ, ਸੋ ਇਸ ਕਰਕੇ ਪਾਰਟੀਆਂ ਦੀ ਰਣਨੀਤੀ ਹੈਗੀ ਆ, ਹਰ ਜਿਹੜਾ ਕੈਂਡੀਡੇਟ ਹੈਗਾ ਉਸ ਦੀ ਕਾਬਲੀਅਤ ਦੇਖ ਕੇ ਉਸ ਨੂੰ ਟਿਕਟ ਦਿੱਤੀ ਜਾਂਦੀ। ਰਣਨੀਤੀ ਕਿੱਦਾਂ ਦੀ ਹੈ? ਇਹ ਚੈਸ ਦੀ ਗੇਮ ਹੈਗੀ ਹੈ, ਇੱਥੋਂ ਚੁੱਕ ਕੇ ਇੱਥੇ ਲਗਾ ਦਈਏ। ਰਣੀਕੇ ਸਾਹਿਬ ਕਿੱਥੋਂ ਜੀ ਆ? ਉਧਰੋਂ ਅੰਮ੍ਰਿਤਸਰ ਤੋਂ ਚੁੱਕ ਕੇ ਕਿੱਥੋਂ ਇੱਥੇ ਲਗਾ ਦਿਓ। ਆਪਣੇ ਮੁਹੰਮਦ ਸਦੀਕ ਜੀ ਇੱਥੇ ਬੈਠੇ ਆ, ਇਹਨਾਂ ਨੂੰ ਚੁੱਕ ਕੇ ਫਰੀਦਕੋਟ ਲਿਆ ਦਿਓ। ਇਹ ਮਤਲਬ ਕਿ ਉੱਥੋਂ ਲਿਆ ਕੇ ਇੱਥੇ ਖਹਿਰਾ ਸਾਹਿਬ, ਕਿੱਥੋਂ ਆਪਣੇ ਕਪੂਰ, ਆਪਣੇ ਜਲੰਧਰ ਵਾਲੀ ਸਾਈਡ ਤੋਂ ਅੱਗੇ ਬਠਿੰਡੇ। ਇਹ ਕੀ ਚੀਜ਼ ਹੈ? ਕਹਿਣ ਦਾ ਭਾਵ ਇਹ ਕਿ ਲੋਕਲ ਕੈਡਰ ਜਿਹੜਾ ਹੁੰਦਾ ਉਹਦੇ 'ਚ ਜਿਹੜੇ ਤੁਹਾਡੇ ਆਗੂ ਹੁੰਦੇ ਆ, ਕਿ ਉਹ ਨਹੀਂ ਅੱਗੇ ਲਿਆਏ ਜਾ ਸਕਦੇ? ਸਵਾਲ ਇਹ ਹੈ। ਇਹ ਦੇਖੋ ਜੀ, ਮੌਕਾ ਪ੍ਰਸਤੀ ਦੀ ਰਾਜਨੀਤੀ ਚੱਲ ਰਹੀ। ਮੈਂ ਤਾਂ ਪਹਿਲਾਂ ਵੀ ਇਹ ਗੱਲ ਕਹੀ ਹੈ ਕਿ ਜਿਹੜੀ ਮੌਕਾ ਪ੍ਰਸਤੀ ਦੀ ਰਾਜਨੀਤੀ ਹੈ, ਉਹ ਜਿਹੜਾ ਨਵਾਂ ਕੇਡਰ ਹੈ ਕਿਸੇ ਵੀ ਪਾਰਟੀ ਦੇ ਵਿੱਚ ਉੱਭਰਦਾ, ਉਹਨੂੰ ਮੌਕਾ ਨਹੀਂ ਦਿੱਤਾ ਜਾ ਰਿਹਾ। ਨਹੀਂ ਦਿੱਤਾ ਜਾ ਰਿਹਾ, ਠੀਕ ਹੈ। ਆਪਣੀ ਵਿਚਾਰਧਾਰਾ ਦਾ ਪ੍ਰਗਟਾਵਾ ਹਰ ਇੱਕ ਨੇ ਆਪਣੇ ਢੰਗ ਨਾਲ ਕਰਨਾ, ਪਰ ਜਿਹੜੇ ਵਿਅਕਤੀ ਚਾਹੁੰਦੇ ਨੇ ਕਿ ਅਸੀਂ ਅੱਗੇ ਆ ਕੇ ਸਮਾਜ ਦੀ, ਕੌਮ ਦੀ ਸੇਵਾ ਕਰੀਏ, ਉਹਨਾਂ ਨੂੰ ਬਣਦੇ ਮੌਕੇ ਨਹੀਂ ਦਿੱਤੇ ਜਾ ਰਹੇ। ਔਰ ਕਿਰਾਏ ਦੇ ਉੱਤੇ ਜਿਵੇਂ ਕਹਿੰਦੇ ਕਿ ਭਾੜੇ ਦੇ ਬੰਦੇ ਲਿਆ ਕੇ ਇੱਕ ਦੂਜੀ ਪਾਰਟੀ ਵਿੱਚ ਠੋਸੇ ਜਾ ਰਹੇ ਆ, ਇਹਦੇ ਵਿੱਚ ਕੋਈ ਦੋ ਰਾਇ ਨਹੀਂ। ਪਰ ਜਿਸ ਤਰ੍ਹਾਂ ਦਾ ਮਾਹੌਲ ਅੱਜ ਬਣਦਾ ਜਾ ਰਿਹਾ, ਇਹ ਰਾਜਨੀਤੀ ਜਿਹੜਾ ਗੱਲ ਕਹੀ ਜਾਂਦੀ ਸੀ ਨਾ ਕਿ ਧੰਦਾ ਨਹੀਂ, ਇਹ ਹੁਣ ਇੱਕ ਧੰਦਾ ਬਣਦੀ ਜਾ ਰਹੀ ਹੈ। ਔਰ ਇੰਨਾ ਗੰਧਲਾ ਧੰਦਾ ਹੈ, ਕਮਰਸ਼ੀਅਲ ਹੋ ਗਿਆ, ਕੰਮ ਇਹਦਾ, ਬਿਜ਼ਨਸ ਹੋ ਗਿਆ। ਗੱਲ ਸਹੀ ਹੈ ਤੁਹਾਡੀ, ਸਟੇਟਸ ਹੁੰਦਾ ਸਵਿਤਾ ਜੀ, ਉਹਨਾਂ ਦਾ ਵੀ ਇੱਕ। ਲੇਕਿਨ ਇੱਧਰ ਜਿਹੜਾ ਮਾਹੌਲ ਬਣਿਆ, ਆਹ ਜਿਹੜੇ ਮੇਰੇ ਵੀਰ ਆਮ ਆਦਮੀ ਪਾਰਟੀ ਵਾਲੇ, ਇਹ ਕਹਿੰਦੇ ਜੀ ਅਸੀਂ ਵਲੰਟੀਅਰ ਰਾਜਨੀਤੀ, ਇਹਨਾਂ ਦੀ ਰਾਜਨੀਤੀ ਦੇਖ ਲਓ, ਰਾਜ ਸਭਾ ਦੀਆਂ ਦੋ ਸੀਟਾਂ ਸੀ, ਬਥੇਰੀਆਂ ਆਡੀਓ ਟੇਪਾਂ ਜਿਹੜੀਆਂ ਸਵਿਤਾ ਜੀ, ਇੱਕ ਮਿੰਟ ਸਵਿਤਾ ਜੀ, ਸਵਾਲ ਲੈ ਲਓ ਸਵਾਲ ਲੈ ਲਓ। ਪਰਨੀਤ ਕੌਰ ਹਾਰੇ ਹੋਏ ਉਮੀਦਵਾਰ ਨੇ, ਮੁਹੰਮਦ ਸਦੀਕ ਉਹ ਵੀ ਹਾਰੇ ਹੋਏ ਨੇ, ਕੇਵਲ ਸਿੰਘ ਢਿੱਲੋਂ ਉਹ ਵੀ ਹਾਰੇ ਹੋਏ ਨੇ, ਜਸਵੀਰ ਸਿੰਘ ਡਿੰਪਾ ਉਹ ਵੀ ਹਾਰੇ ਹੋਏ ਨੇ। ਤੁਸੀਂ ਵੀ ਹਾਰੇ ਹੋਏ ਉਮੀਦਵਾਰਾਂ 'ਤੇ ਹੀ ਦਾਅ ਲਾਇਆ? ਧਾਰਨੀ ਜੀ, ਮੈਂ ਪੱਖਪਾਤ ਨਹੀਂ ਕਰਦਾ, ਬਰਾਬਰ ਪੁੱਛ ਰਿਹਾ, ਬਾਕੀਆਂ ਦਾ ਵੀ ਸਾਰਿਆਂ ਦਾ ਬਰਾਬਰ ਹੀ ਹੈ। ਨਹੀਂ, ਪਿਛਲੀ ਵਾਰ ਕੈਪਟਨ ਸਾਹਿਬ ਵੀ ਹਾਰ ਗਏ ਸੀ, ਇਹ ਵੀ ਮੈਂ ਇਸ ਵਾਰ ਦੀ ਗੱਲ ਕਰ ਰਿਹਾ ਸੀਗਾ ਨਾ, ਇਸ ਵਾਰ ਦੀ ਗੱਲ ਕਰ ਰਿਹਾ ਕਿ ਆਪਾਂ ਇਸ ਦੇ ਉੱਪਰ ਲੋਕ ਸਭਾ ਇਹਨਾਂ ਇਸ ਦੇ ਉੱਪਰ ਗੱਲ ਕਰ ਰਹੇ, ਤਾਂ ਮੈਂ ਉਹ ਡਾਟਾ ਨਿਕਾਲਿਆ। ਹਾਂ ਹਾਂ ਬਿਲਕੁਲ, ਉਹ ਹਾਰੇ ਤਾਂ ਉਹ ਵੀ ਵਿੱਚ ਨੇ।
ਆਖਿਰ ਤੁਹਾਡੀ ਵੀ ਕਿਹੜੀ ਮਜਬੂਰੀ ਸੀਗੀ ਕਿ ਇਹ ਹਾਰੇ ਹੋਏ ਉਮੀਦਵਾਰ ਹੀ ਅੱਗੇ ਲਾਏ? ਤੁਹਾਡੇ ਕੋਲ ਵੀ ਬੰਦਿਆਂ ਦੀ ਘਾਟ ਹੈ, ਵੈਸੇ ਕਾਂਗਰਸ ਤੁਹਾਡੀ ਇੰਨੀ ਪੁਰਾਣੀ ਪਾਰਟੀ, ਵਿਸ਼ਾਲ ਪਾਰਟੀ ਕਹਿੰਦੇ ਹੋ। ਗੌਰਵ ਜੀ, ਉਹ ਤਦ ਹਾਰੇ ਹੈਗੇ ਆ ਜਦ ਆਮ ਆਦਮੀਆਂ ਦੀ ਇੱਕ ਲੋਗਾ ਵਿੱਚ ਇੱਕ ਵੇਵ ਆਈ ਸੀਗੀ ਕਿ ਇੱਕ ਆਮ ਆਦਮੀਆਂ ਦੀ ਪਾਰਟੀ ਆਂਦੀ ਪਈ ਹੈਗੀ ਆ, ਵੀ ਕੁਝ ਚੇਂਜ ਕਰ ਦੂਗੀ। ਲੇਕਿਨ ਜਿਹੜੇ ਇਹਨਾਂ ਨੇ ਐਗਜ਼ਾਮਪਲ ਸੈੱਟ ਕੀਤੇ ਹੈਗੇ ਆਪਣੇ ਵਾਸਤੇ, ਜਿਹੜੇ ਇਹਨਾਂ ਦੇ ਪਾਰਟੀ ਨੇ ਦਿਖਾ ਦਿੱਤਾ ਵੀ ਅਸੀਂ ਆਮ ਆਦਮੀ ਨਹੀਂ ਸੀਗੇ, ਅਸੀਂ ਖਾਸ ਆਦਮੀ ਸੀਗੇ। ਉਸ ਤੋਂ ਸਾਰਿਆਂ ਨੂੰ ਪਤਾ ਚੱਲ ਗਿਆ ਵੀ ਇਹਨਾਂ ਦੀ ਪਾਰਟੀ ਕੀ ਸੀ। ਤਦ ਸਾਡੇ ਕੈਂਡੀਡੇਟ ਜਿਨ੍ਹਾਂ ਦਾ ਤੁਸੀਂ ਨਾਮ ਲਿੱਤਾ ਹੈਗਾ, ਉਹ ਤਦ ਹਾਰੇ ਸੀਗੇ ਜਦ ਇਹਨਾਂ ਦੀ ਇੱਕ ਵੇਵ ਸੀ ਆਈ ਸੀਗੀ ਤੇ ਲੋਕਾਂ ਨੂੰ ਇੱਕ ਧੋਖਾ ਮਿਲਿਆ ਸੀਗਾ ਵੀ ਸ਼ਾਇਦ ਕੁਝ ਹੋਰ ਤਰੀਕੇ ਦੀ ਪਾਰਟੀ ਆਉਂਦੀ ਪਈ ਹੈਗੀ, ਕੁਝ ਬਹੁਤ ਬੜਾ ਕਰਿਸ਼ਮਾ ਕਰਾ ਕੇ ਦਿਖਾ ਦੇਗੀ। ਤਦ ਇਹਨਾਂ ਦੀ ਪਾਰਟੀ ਜਿੱਤੀ ਸੀਗੀ, ਤਦ ਸਾਡੇ ਕੈਂਡੀਡੇਟ ਤੁਹਾਡੇ ਬੰਦੇ ਕਦੀ ਹਾਰੇ ਹੀ ਨਹੀਂ, ਮਤਲਬ ਨਹੀਂ ਹੈਗਾ ਜਿਹੜੀ ਤੁਸੀਂ ਨਾਮ ਲਿੱਤੇ ਹੈਗੇ ਆ, ਜਿਹੜੇ ਤੁਸੀਂ ਨਾਮ ਲਿੱਤੇ ਹੈਗੇ ਉਹਨਾਂ ਨੇ ਆਪਣੇ ਏਰੀਆ ਵਿੱਚ ਬਥੇਰਾ ਕੰਮ ਕੀਤਾ ਹੋਇਆ ਹੈਗਾ। ਕੰਮ ਸਾਰੇ ਨੇ ਕੀਤਾ ਹੁੰਦਾ, ਕੰਮ ਕੋਈ ਵੱਖਰਾ ਨਹੀਂ ਕਰਦਾ, ਲੋਕਾਂ 'ਚ ਸਾਰੇ ਵਿਚਰਦੇ ਆ, ਕੰਮ ਕੋਈ ਵੱਖਰਾ ਨਹੀਂ ਕਰ ਦਿੰਦਾ, ਕੋਈ ਨਵਾਂ ਕੰਮ ਨਹੀਂ ਹੁੰਦਾ, ਲੋਕਾਂ ਨਾਲ ਮਿਲਣਾ, ਸਮੱਸਿਆਵਾਂ ਸੁਣਨੀਆਂ, ਗੱਲਬਾਤ ਕਰਨੀ। ਗੌਰਵ ਜੀ ਮੈਂ ਤਾਂ ਸਿਰਫ ਗੌਰਵ ਜੀ ਮੈਂ ਸਿਰਫ ਇਹ ਕਹਿਣਾ ਚਾਹਾਂਗੀ ਇਸ ਗੱਲ ਤੇ, ਇੱਕ ਐਗਜ਼ਾਮਪਲ ਸਾਈਡ ਕਰਦੀ ਹੈਗੀ, ਬਹੁਤ ਛੋਟਾ ਸਾ ਐਗਜ਼ਾਮਪਲ ਹੈ ਲੇਕਿਨ ਸ਼ਾਇਦ ਬਹੁਤ ਬੜਾ ਮਤਲਬ ਨਿਕਲਦਾ ਹੈਗਾ। ਦੱਸੋ, ਹਾਈ ਕੋਰਟ ਵਿੱਚ ਇਲੈਕਸ਼ਨ ਹੁੰਦੇ ਸੀਗੇ, ਇੱਕ ਹੀ ਪ੍ਰਧਾਨ 7-7, 8-8 ਵਾਰ ਬਣ ਜਾਂਦਾ ਸੀਗਾ। ਮੇਰੇ ਬ੍ਰਦਰ ਸਤਵਿੰਦਰ ਸਿਸੋਦੀਆ ਜੀ ਨੇ ਉਸਦੇ ਵਾਸਤੇ ਰਿਟ ਡਾਲੀ, ਉਸ ਤੋਂ ਬਾਅਦ ਇਹ ਜਨਰਲ ਬਾਡੀ ਦਾ ਡਿਸੀਜਨ ਹੋਇਆ ਵੀ 3 ਵਾਰ ਤੋਂ ਬਾਅਦ ਕੋਈ ਪ੍ਰਧਾਨ ਨਹੀਂ ਖੜਾ ਹੋਏਗਾ, 3 ਵਾਰੀ ਦੇ ਬਾਅਦ ਕੋਈ ਵੀ ਕੈਂਡੀਡੇਟ ਨਹੀਂ ਭਰੇਗਾ ਆਪਣਾ ਪ੍ਰਧਾਨ ਵਾਸਤੇ, ਇਟ ਇਜ਼ ਦ ਲਾਸਟ ਥਿੰਗ ਕਿ 3 ਵਾਰ ਤੋਂ ਬਾਅਦ ਕੋਈ ਵੀ ਕੈਂਡੀਡੇਟ ਦੁਬਾਰਾ ਨਹੀਂ ਭਰ ਸਕਦਾ ਹੈਗਾ। ਤੇ ਉਹ ਚੀਜ਼ ਹੁਣ ਹਾਈ ਕੋਰਟ ਵਿੱਚ ਲਾਗੂ ਹੋ ਗਈ, ਜਿਹੜਾ ਪਾਰਟੀਆਂ ਦਾ ਟ੍ਰੈਂਡ ਸੀਗਾ ਵੀ ਪਾਰਟੀਜ਼ ਹੁੰਦੀ ਸੀਗੀ ਉਹ ਖਤਮ ਹੋ ਗਿਆ, ਤੇ ਯੂਥ ਨੂੰ ਇਸ ਵਾਰ ਜਿਹੜੀ ਬਾਰ ਐਸੋਸੀਏਸ਼ਨ ਆਈ ਹੈਗੀ, ਸਾਰਾ ਯੂਥ ਆਇਆ ਹੈਗਾ, ਸਾਰਾ ਕੈਪੇਬਲ ਐਸੋਸੀਏਸ਼ਨ ਆਈ ਹੈਗੀ ਜਿਹੜਾ ਲੋਕਾਂ ਤੱਕ ਪਹੁੰਚ ਸਕਦੀ ਹੈਗੀ ਹੈ। ਗੁਰਪ੍ਰੀਤ ਜੀ, ਮੈਂ ਤੁਹਾਡੇ ਕੋਲ ਆ ਰਿਹਾ, ਸੱਚਾਈ ਵਾਲੀ ਗੱਲ ਹੈ, ਲੋਕ ਵੀ ਅੱਕ ਜਾਂਦੇ ਆ, ਕਹਿੰਦੇ ਇੰਨੇ ਬਜ਼ੁਰਗ ਹੋ ਗਏ ਹੁਣ ਇਹ ਘਰੇ ਬੈਠਦੇ ਨਹੀਂ, ਧੱਕੇ ਨਾਲ ਹੀ ਖੜੇ ਹੋ ਜਾਂਦੇ ਆ, ਪਾਰਟੀਆਂ ਵੀ ਉਹਨਾਂ ਨੂੰ ਖੜਾ ਕਰੀ ਜਾਂਦੀਆਂ। ਹੁਣ ਤੁਸੀਂ ਵੈਸੇ ਕਹਿੰਦੇ ਲੋਕਾਂ 'ਚ ਵਿਚਰਦੇ, ਪਰ ਲੋਕ ਵੀ ਕਈ ਵਾਰ ਤੰਗ ਆ ਜਾਂਦੇ ਆ, ਹਾਰ ਕੇ ਤਾਂ ਹੀ ਨੋਟਾਂ ਨੂੰ ਉਹ ਜਿਹੜੇ ਬਟਨ ਦੱਬਦੇ ਆ ਨਾ, ਉਹ ਇਸੇ ਕਰਕੇ ਆਉਂਦੇ ਆ। ਇਕਬਾਲ ਜੀ, ਨਹੀਂ ਮੈਂ ਇੱਕ ਮਿੰਟ ਜਾਣਨਾ ਚਾਹ ਰਿਹਾ, ਇਕਬਾਲ ਜੀ ਲੋਕ ਜਿਹੜੇ ਨੇ, ਮੇਰੀ ਦੱਸੋ ਤੁਸੀਂ ਕੀ ਕਹਿਣਾ ਚਾਹ ਰਹੇ ਹੋ? ਮੈਂ ਇਕਬਾਲ ਜੀ ਕੋਲ ਚੱਲਾ ਸੀ, ਦੱਸੋ। ਚਲੋ ਇਕਬਾਲ ਜੀ ਦਾ ਪਹਿਲਾਂ ਸੁਣ ਲਓ, ਫਿਰ ਮੈਂ ਇਹਨਾਂ ਦੇ ਬਾਅਦ ਕੱਟਾਂ। ਤੁਸੀਂ ਨਾਲ ਜਵਾਬ ਦੇ ਦਿਓ ਇਕਬਾਲ ਜੀ, ਗੱਲ ਇਹ ਹੈ ਤੁਹਾਡੀ ਵੀ ਸਿਆਸਤ, ਤੁਹਾਡੀ ਵੀ ਪਾਰਟੀ ਕੋਈ ਵੱਖਰੀ ਤਾਂ ਹੈ ਨਹੀਂ, ਤੁਸੀਂ ਆਪ ਹੀ ਮੰਨ ਲਿਆ, ਤੁਸੀਂ ਕਿਹਾ ਕਿ ਸੱਤਾ 'ਚ ਆਓਗੇ ਤਾਂ ਪਰਿਵਰਤਨ ਸ਼ਾਇਦ ਆਏਗਾ, ਤਾਂ ਹੀ ਮੁਮਕਿਨ ਹੋਏਗਾ। ਪਰ ਲੋਕ ਇਹ ਉਮੀਦਵਾਰਾਂ ਦੇ ਉੱਪਰ ਜਿਨ੍ਹਾਂ ਦੇ ਉੱਪਰ ਤੁਸੀਂ ਧੱਕੇ ਨਾਲ ਦਾਅ ਖੇਡ ਰਹੇ ਹੋ, ਉਹਨਾਂ ਉਮੀਦਵਾਰਾਂ ਦੇ ਉੱਪਰ ਜਿਹੜੇ ਤੁਸੀਂ ਸਾਰੀ ਪਾਰਟੀਆਂ ਧੱਕੇ ਨਾਲ ਦਾਅ ਖੇਡ ਰਹੇ ਹੋ, ਲੋਕਾਂ ਦੇ ਸਾਹਮਣੇ ਜ਼ਬਰਦਸਤੀ ਖੜਾ ਕਰ ਰਹੇ ਹੋ, ਲੋਕ ਉਹਨਾਂ 'ਤੇ ਭਰੋਸਾ ਕਿਉਂ ਕਰਨ? ਗੌਰਵ ਜੀ, ਮੈਨੂੰ ਤੁਹਾਡੀ ਜਿਹੜੀ ਡਿਬੇਟ ਹੈ ਤਾਂ ਹੀ ਚੰਗੀ ਲੱਗਦੀ, ਤੁਹਾਡੇ ਮੁੱਦੇ ਵੀ ਬਹੁਤ ਸੋਹਣੇ ਲੱਗਦੇ ਮੈਨੂੰ। ਦੇਖੋ, ਤੁਸੀਂ ਲੋਕਾਂ ਨੂੰ ਮੈਸੇਜ ਬਹੁਤ ਵਧੀਆ ਦਿੰਦੇ, ਬੇਸ਼ੱਕ ਸਾਡੀ ਪਾਰਟੀ ਨੇ ਵੀ ਗਲਤੀਆਂ ਕੀਤੀਆਂ, ਪਰ ਤਾਂ ਹੀ ਉੱਭਰੂਗੀਆਂ ਨਾ ਇਹ ਜੇ ਤੁਸੀਂ ਇਹਦੇ ਡਿਬੇਟ ਕਰਾਉਂਗੇ। ਤੇ ਮੈਂ ਤੁਹਾਨੂੰ ਹੁਣ ਦੱਸਣਾ ਚਾਹੁੰਦਾ, ਇਹ ਏਜੰਡੇ ਸੈੱਟ ਕਰਨੇ ਪਾਰਟੀਆਂ ਦੇ ਲੋਕਾਂ ਨੇ ਕਰਨੇ ਹੈ, ਜੇ ਡਿਬੇਟ ਹੋਊਗੀ ਲੋਕਾਂ ਨੂੰ ਮੈਸੇਜ ਕਨਵੇ ਹੋਊਗਾ। ਮੈਂ ਤੁਹਾਨੂੰ ਦੱਸ ਦਿੰਦਾ, ਪਿਛਲੀ ਵਾਰ ਸਾਡੀ ਪਾਰਟੀ ਨੇ ਜੋ ਗਲਤੀਆਂ ਕਰੀਆਂ, ਅਸੀਂ ਹੌਲ ਸੇਲ 'ਚ ਪੋਲੀਟੀਸ਼ਨ ਨੂੰ ਟਿਕਟਾਂ ਦਿੱਤੀਆਂ ਤੇ ਸਾਰੇ ਹਾਰੇ, ਸਾਨੂੰ 20 'ਚੋਂ 18 ਆਮ ਆਦਮੀ ਜਿੱਤੇ। ਮਤਲਬ ਲੋਕਾਂ ਨੇ ਸਾਡਾ ਏਜੰਡਾ ਸੈੱਟ ਕਰਤਾ ਵੀ ਤੁਹਾਨੂੰ ਅਸੀਂ ਆਮ ਆਦਮੀ ਕਰਕੇ ਵੋਟਾਂ ਪਾਈਆਂ ਸੀ, ਇਹੀ ਗੱਲ ਹੈ, ਪੋਲੀਟੀਸ਼ਨ ਲਿਆਏ, ਇਸ ਕਰਕੇ ਸਾਡੇ 2 ਪੋਲੀਟੀਸ਼ਨ ਜਿੱਤੇ ਸੀ। ਹੁਣ ਅਸੀਂ
13 ਸੀਟਾਂ ਪੰਜਾਬ ਦੀਆਂ, 1 ਸੀਟ ਚੰਡੀਗੜ੍ਹ ਦੀ। ਹੁਣ ਇਹਦੇ ਚ ਲੋਕਾਂ ਦੇ ਅਕੋਰਡਿੰਗ ਜੋ ਸਾਨੂੰ ਫਤਵਾ ਦਿੱਤਾ ਸੀ, ਸਾਨੂੰ 18 ਮਤਲਬ 90% ਉਹਨਾਂ ਨੇ ਕਿਹਾ ਆਮ ਆਦਮੀ, 2 ਸਾਡੇ ਪੋਲੀਟੀਸ਼ੀਅਨ ਜਿਤਾਏ ਸੀ, ਸਾਡੇ ਕੋਲ 2 ਹੀ ਚਿਹਰੇ ਹੋਣਗੇ ਪੋਲੀਟੀਸ਼ੀਅਨ, ਬਾਕੀ ਸਾਰੇ ਆਮ ਆਦਮੀ ਅਸੀਂ ਦਿੱਤੇ ਟਿਕਟ, ਜੋ ਲੋਕਾਂ ਨੇ ਸਾਨੂੰ ਏਜੰਡਾ ਸੈੱਟ ਕਰਕੇ ਦਿੱਤਾ ਉਹਦੇ ਅਕੋਰਡਿੰਗ ਅਸੀਂ ਟਿਕਟਾਂ ਦਿੱਤੀਆਂ। ਹਰਮੋਹਨ ਧਵਨ, ਤੁਸੀਂ ਕਿਹਾ ਤੁਸੀਂ ਸਿੱਖਿਆ, ਤੁਸੀਂ ਕਿਹਾ ਤੁਸੀਂ ਲੋਕਾਂ ਨੇ ਏਜੰਡਾ ਸੈੱਟ ਕਰਤਾ, ਤੁਹਾਨੂੰ ਆਮ ਆਦਮੀ ਵੇਖ ਕੇ ਉਹਨਾਂ ਨੇ ਵੋਟਾਂ ਪਾਈਆਂ। ਹਰਮੋਹਨ ਧਵਨ ਆਮ ਆਦਮੀ ਤਾਂ ਹੈ ਨਹੀਂ, ਇਹ ਵੀ ਸਿਆਸਤਦਾਨ ਹੈ, ਸਾਰੀ ਪਾਰਟੀਆਂ 'ਚ ਹੋ ਕੇ ਆ ਗਏ। ਜਸਟਿਸ ਜ਼ੋਰਾ ਸਿੰਘ ਉਹ ਵੀ ਤੁਹਾਨੂੰ ਪਤਾ ਵਿਵਾਦਤ ਚਿਹਰੇ ਨੇ, ਆ ਕੇ ਫਿਰ ਅਜਿਹੇ ਬੰਦੇ ਅਤੇ ਕਿਹੜੇ ਦੂਸਰੇ ਤੁਹਾਨੂੰ ਮੈਂ ਨਾਲ ਗਿਣਵਾਏ ਜਿਹਨਾਂ ਦੇ ਨਾਂ, ਇਹਨਾਂ ਨੂੰ ਵੀ ਤੁਸੀਂ ਦੇ ਦਿੱਤਾ ਹਾਰੇ ਹੋਇਆਂ ਨੂੰ। ਮਤਲਬ ਕਿ ਜਿਹੜੀ ਗਲਤੀਆਂ ਤੁਸੀਂ ਸਿੱਖੇ ਪਰ ਉਹਨੂੰ ਇੰਪਲੀਮੈਂਟ ਪੂਰਾ ਨਹੀਂ ਕਰ ਪਾਏ। ਉੱਥੇ ਤੁਹਾਡੇ ਕੋਲ ਕੋਈ ਨਹੀਂ ਸੀ ਹੈਗਾ ਵਲੰਟੀਅਰ, ਜਿਹੜੇ ਹਾਰੇ ਉਹ ਸਾਡੇ ਵਲੰਟੀਅਰ ਆ, ਬਾਕੀ ਇਹ ਜਿਹੜੇ ਆਪਣੇ ਹਰਮੋਹਨ ਧਵਨ ਜੀ ਆ, ਇਹ ਪੋਲੀਟੀਸ਼ੀਅਨ ਆ, ਇਹਨਾਂ ਨੂੰ ਕਹੋ ਇਹਨਾਂ ਨੇ 32 ਦਾ ਹਸਪਤਾਲ ਲੈ ਕੇ ਆਂਦਾ, ਕਜੌਲੀ ਵਾਟਰ ਜਿਹੜੇ ਵਾਈਫ ਨੇ ਉਹਨੇ ਕੀ ਕਿਹਾ ਕਿ ਮੈਂ ਵਿਹਲੀ ਸੀ ਇਸ ਕਰਕੇ ਮੈਂ ਆਮ ਆਦਮੀ ਪਾਰਟੀ ਦੀ ਟਿਕਟ ਲੈ ਲਈ। ਇੱਕ ਅੱਧਾ ਪਰਸੈਂਟ, ਚਲੋ ਠੀਕ ਹੈ। ਲੋਕਾਂ ਨੂੰ ਡਿਬੇਟ ਸੁਣ ਲੈਣ ਦੋ, ਆਪਾਂ ਨੂੰ ਸਮਝ ਨਹੀਂ ਪੈਣੀ। ਤੁਸੀਂ ਐਡੀ ਵੱਡੀ ਐਡੀ ਵੱਡੀ ਗਲਤੀ ਕਰ ਰਹੇ ਹੋ ਅਜੇ ਤੁਸੀਂ। ਕਵਿਤਾ ਜੀ, ਕਰਨੈਲ ਜੀ, ਇਕਬਾਲ ਜੀ, ਕਿਰਪਾ, ਮੈਂ ਕਹਿੰਦਾ ਵੀ ਸਹੀ ਤਾਂ ਗਲਤੀਆਂ ਦੇ ਪੁੱਛਲੇ ਆ, ਤੁਸੀਂ ਆਪਸ 'ਚ ਲੱਗੇ ਰਹੋਗੇ, ਲੋਕਾਂ ਨੂੰ ਦੱਸੋਗੇ ਆਪਣੀ ਪਾਰਟੀ ਬਾਰੇ, ਦੱਸੋਗੇ ਕਿ ਰੋਲਾ ਹੀ ਪਾਈ ਜਾਵਾਂਗੇ ਆਪਾਂ। ਕਿਰਪਾ ਕਰਕੇ ਗੁਰਪ੍ਰੀਤ ਜੀ ਦਾ ਪੁਆਇੰਟ ਲੈ ਲਈਏ ਆਪਾਂ ਹਾਈ ਕੋਰਟ ਦੇ ਵਿੱਚ। ਇਕਬਾਲ ਜੀ ਇੱਕ ਮਿੰਟ, ਇਕਬਾਲ ਜੀ ਇੱਕ ਮਿੰਟ, ਇਕਬਾਲ ਜੀ ਇੱਕ ਮਿੰਟ, ਸਵਿਤਾ ਜੀ ਪਲੀਜ਼। ਗੁਰਪ੍ਰੀਤ ਜੀ, ਗੁਰਪ੍ਰੀਤ ਜੀ, ਸਵਾਲ ਇਹੀ ਸੀਗਾ, ਇਹਨਾਂ ਮੌਕਾ ਪ੍ਰਸਤਾ ਤੇ ਜੀ ਧੱਕੇ ਨਾਲ ਖੜੇ ਉਮੀਦਵਾਰਾਂ ਤੇ, ਹਾਸ਼ੀਏ ਤੇ ਪਹੁੰਚੇ ਹੋਏ ਉਮਰ ਦਰਾਜ਼ ਉਮੀਦਵਾਰਾਂ ਤੇ, ਜਿਨ੍ਹਾਂ ਤੇ ਤੁਹਾਡੀ ਸਾਰਿਆਂ ਦੀ ਪਾਰਟੀਆਂ ਦਾ ਖੇਡਦੀਆਂ ਸਿਆਸੀ ਪਾਰਟੀਆਂ ਮਿੰਟੂ ਸੇ, ਉਹਨਾਂ ਤੇ ਲੋਕ ਭਰੋਸਾ ਕਿਉਂ ਕਰਨ? ਮੈਂ ਹੁਣ ਉਹੀ ਦੱਸਣ ਲੱਗਾ ਕਿ ਆਮ ਆਦਮੀ ਪਾਰਟੀ ਇੱਕ ਨਵੀਂ ਪਾਰਟੀ ਬਣ ਗਈ। ਗੱਲ ਕਰ, ਤੁਹਾਨੂੰ ਕੁਐਸਚਨ ਕਰਿਆ ਯਾਰ। ਉਹ ਯਾਰ ਮੈਂ ਤਾਂ ਜਵਾਬ ਆਪਦੇ ਹਿਸਾਬ ਨਾਲ ਦੇ ਰਿਹਾ ਤੁਹਾਨੂੰ। ਪਾਰਟੀ ਦਾ ਦੇ ਤੇ ਜਵਾਬ ਤੂੰ ਆਪਣੀ ਨਾ ਦੇ। ਆਪਣੇ ਹਿਸਾਬ ਨਾਲ ਨਾ ਦਿਓ, ਜੋ ਜਨਤਾ ਚਾਹੁੰਦੀ ਉਹ ਦਿਓ। ਹਾਂ, ਜੋ ਜਨਤਾ ਕਹਿੰਦੀ ਗੁਰਪ੍ਰੀਤ ਜੀ, ਆਮ ਆਦਮੀ ਆਪਣੇ ਹਿਸਾਬ ਨਾਲ ਤਾਂ ਦੇਈ ਜਾਏਗਾ ਜਵਾਬ। ਆਮ ਆਦਮੀ ਪਾਰਟੀ ਦਾ ਭੂਤ ਦਿਖਦਾ ਬਸ, ਹੋਰ ਇਹ ਨਾਲ ਕੋਈ। ਤੁਸੀਂ ਦੇਖੋ ਸਾਧਵੀ ਪ੍ਰਤੱਗਿਆ ਨੂੰ ਜਿਨ੍ਹਾਂ ਦੇ ਉੱਤੇ ਐਡਾ ਵੱਡਾ ਚਾਰਜਸ ਲੱਗੇ ਨੇ, ਔਰ ਉਹਨਾਂ ਨੂੰ ਟਿਕਟਾਂ ਦੇ ਜਿਹੜੇ ਵਿਸ਼ੇ ਤੇ ਬਹਿਸ ਹੋ ਰਹੀ ਹੈ ਉਹਦੇ ਉੱਪਰ ਅਸੀਂ ਜਵਾਬ ਦੇ ਰਹੇ ਹਾਂ। ਤੁਸੀਂ ਅੱਤਵਾਦੀਆਂ ਨੂੰ ਟਿਕਟਾਂ ਦੇ ਰਹੇ ਜੇ, ਔਰ ਬੈਠੇ ਹੋਈ ਹੈ ਜੀ ਰਾਜ ਜੀ, ਉਹਨਾਂ ਨੇ ਬੋਲ ਲਿਆ ਦੀਆਂ ਟਿਕਟਾਂ ਦੇ ਰਹੇ ਜੇ ਨਵੇਂ ਬੰਦੇ। ਭਾਰਤੀ ਜਨਤਾ ਪਾਰਟੀ ਦੇ ਬੁਲਾਰੇ ਆਪਣਾ ਪੱਖ ਰੱਖਣਾ ਚਾਹ ਰਹੇ ਆ, ਆਪਾਂ ਨੂੰ ਟਾਈਮ ਦੇਣਾ ਚਾਹੀਦਾ। ਕਿਰਪਾ ਉਹਨਾਂ ਦੀ ਸੁਣ ਲਈਏ ਆਪਾਂ। ਗੁਰਪ੍ਰੀਤ ਜੀ, ਜਵਾਬ ਦੇਣਾ ਚਾਹੁੰਦਾ ਸੀਗਾ, ਇਹ ਪਤਾ ਨਹੀਂ ਕਿਉਂ। ਤੁਸੀਂ ਜਵਾਬ ਦੇ ਕੇ ਦੱਸੋ। ਹੁਣ ਇਹਨਾਂ ਨੇ ਗੱਲ ਕੀਤੀ ਵੀ ਸੋਸ਼ਲ ਵਰਕਰ ਨੂੰ ਹੀ ਟਿਕਟ ਦੇ ਰਹੇ ਆ। ਹੁਣ ਸੋਸ਼ਲ ਵਰਕਰ ਦੀ ਹਿਸਟਰੀ ਵੇਖੋ, 89 ਦੇ ਵਿੱਚ ਜਨਤਾ ਦਲ ਤੋਂ ਇਲੈਕਸ਼ਨ ਲੜਦੇ ਨੇ, ਠੀਕ ਹੈ ਜੀ।
1992 ਦੇ ਵਿੱਚ ਫੇਰ ਇਲੈਕਸ਼ਨ ਲੜਦੇ ਨੇ, ਹਾਰ ਜਾਂਦੇ ਨੇ, ਪਹਿਲਾਂ 89 ਚੱਕਰਾਂ ਜਿੱਤੇ ਸੀਗੇ। 96 ਦੇ ਵਿੱਚ ਉਹਨਾਂ ਨੇ ਫਿਰ ਪਾਰਟੀ ਨਵੀਂ ਕੋ ਬਦਲੀ, ਉਹਦੇ ਤੋਂ ਇਲੈਕਸ਼ਨ ਲੜਿਆ, ਉੱਥੋਂ ਹਾਰ ਗਏ। 98 ਦੇ ਵਿੱਚ ਫਿਰ ਦੁਬਾਰਾ ਇਲੈਕਸ਼ਨ ਲੜੀ, ਪਾਰਟੀ ਫਿਰ ਨਵੀਂ ਸੀਗੀ BSP, ਉਹਦੇ 'ਚੋਂ ਲੜੇ, ਫਿਰ ਹਾਰ ਗਏ। 2004 ਦੇ ਵਿੱਚ ਉਹਨਾਂ ਨੇ ਇਲੈਕਸ਼ਨ ਲੜੀ ਹੈ ਅਨੈਲੋ ਪਾਰਟੀ ਤੋਂ, ਤੁਹਾਡਾ ਜਿਹੜੇ ਹਰਿਆਣੇ ਦੇ ਅਨੈਲੋ ਪਾਰਟੀ ਹੈ, ਉਹਦੇ ਤੋਂ ਟਿਕਟ, ਚੁਟਾਲਿਆਂ ਦੀ ਟਿਕਟ ਲੈ ਕੇ ਆਏ, ਉਹਦੇ ਤੋਂ ਇਲੈਕਸ਼ਨ ਲੜੇ, 16,000 ਵੋਟਾਂ ਪਈਆਂ, ਫਿਰ ਹਾਰ ਗਏ। 2009 ਦੇ ਵਿੱਚ ਫਿਰ ਦੁਬਾਰਾ ਨਵੀਂ ਪਾਰਟੀ ਤੋਂ ਇਲੈਕਸ਼ਨ ਲੜੀ, ਫਿਰ ਹਾਰ ਗਏ। 2014 ਬਗਾਵਤ ਕੀਤੀ, ਬੜਾ ਇਹਨਾਂ ਨੇ ਵਿਰੋਧ ਕੀਤਾ ਕਿ ਮੈਨੂੰ ਟਿਕਟ ਨਹੀਂ ਮਿਲੀ, ਮੈਨੂੰ ਟਿਕਟ ਨਹੀਂ ਮਿਲੀ। ਚਲੋ ਠੀਕ ਹੈ, ਟਿਕਟ ਨਹੀਂ ਮਿਲੀ, ਥੋੜੇ ਦਿਨਾਂ ਬਾਅਦ ਹੀ ਲੀਡਰਸ਼ਿਪ ਨੇ ਮਨਾ ਲਿਆ ਤੁਰਪੇ ਨਾਲ। ਹੁਣ ਐਤਕ ਫਿਰ ਪਾਰਟੀ ਇਸ ਤੋਂ ਵੀ ਬਾਗੀ ਹੋ ਗਿਆ। ਅੱਜ 2000 ਜਿਹੜਾ 19 ਦਾ ਚੁਣਾਵ ਹੈ, ਉਹਦੇ ਚ ਆਮ ਆਦਮੀ ਪਾਰਟੀ ਨੇ ਇਹਨਾਂ ਨੂੰ ਇੱਕ ਹੰਡੇ ਵਰਤੇ ਹੋਏ, ਪਰ 32 ਦਾ ਹਸਪਤਾਲ ਜ਼ਰੂਰ ਲੈ ਕੇ ਆਏ ਆ, ਪਰ 32 ਦਾ ਹਸਪਤਾਲ ਜ਼ਰੂਰ ਲੈ ਕੇ ਆਏ ਆ। ਜਿਹੜੇ ਤਰਲੋ ਮੱਛੀ ਹੋ ਰਹੇ ਨੇ ਉਹਨਾਂ ਨੂੰ ਇਹ ਲਿਆ ਕੇ ਕਹਿੰਦੇ ਨੇ ਵੀ ਅਸੀਂ ਨਵੀਂ ਰਾਜਨੀਤੀ ਕਰ ਰਹੇ ਹਾਂ, ਹਰਮੋਹਨ ਧਵਨ ਜੀ ਦੁੱਧ ਪੀ ਰਹੇ ਹਾਂ, ਹਰਮੋਹਨ ਧਵਨ ਜੀ ਪੰਜਾਬ ਪ੍ਰਦੂਸ਼ਣ ਵਾਲਾ ਪਾਣੀ ਪੀ ਰਿਹਾ, ਹਰਮੋਹਨ ਧਵਨ ਜੀ ਬਹੁਤ ਵਧੀਆ ਇਨਸਾਨ ਹੈ, ਮੈਂ ਕਹਿੰਦਾ ਬਹੁਤ ਵਧੀਆ ਇਨਸਾਨ ਹੈ, ਐਜ਼ ਅ ਪਰਸਨ ਮੈਂ ਉਹਨਾਂ ਨੂੰ ਬੜੀ ਇੱਜ਼ਤ ਕਰਦਾ, ਰਿਸਪੈਕਟ ਕਰਦਾ, ਬੜੇ ਸੀਨੀਅਰ ਤੁਹਾਡੀ ਪਾਰਟੀ ਚ ਰਹੇ, ਤੁਸੀਂ ਜ਼ਿਆਦਾ ਜਾਣਦੇ ਹੋ ਹਰ ਵਾਰ, ਨਹੀਂ ਬਿਲਕੁਲ ਰਿਸਪੈਕਟ ਕਰਦੇ ਹਾਂ ਅਸੀਂ ਸੀ ਐਜ਼ ਅ ਸੀਨੀਅਰ, ਲੇਕਿਨ ਭਾਈ ਸਾਹਿਬ ਇੱਕ ਲਿਮਿਟ ਹੁੰਦੀ ਹੈ, ਤੁਸੀਂ 4 ਵਾਰ ਹਾਰ ਲਓ, 3 ਵਾਰਾਂ ਹਾਰ ਲਓ, 4 ਵਾਰਾਂ ਹਾਰ ਲਓ, 5 ਉਹ ਯਾਰ 7 ਵਾਰੀ 7ਵੀਂ ਵਾਰ ਇਲੈਕਸ਼ਨ, ਇਹ ਜਗਮੀਤ ਬਰਾੜ ਵੀ ਤਾਂ ਹੀ ਨੇ, ਧਾਰਨੀ ਸਾਹਿਬ ਮੰਨ ਨਹੀਂ ਰਹੇ, 7 ਵਾਰ ਉਹ ਵੀ ਤਾਂ ਹਾਰੇ ਆ, 7 ਵਾਰ ਉਹ ਵੀ ਹਾਰੇ ਆ, 7 ਵਾਰ ਇਹ ਵੀ ਹਾਰੇ ਆ, 7-7 ਵਾਰ ਹਾਰ ਕੇ ਵੀ ਬੈਠੇ ਨੇ ਲੋਕਾਂ 'ਚ ਵਿਚਰਦੇ ਰਹੇ, 7-7 ਵਾਰ ਹਾਰੇ ਪਰ ਫਿਰ ਵੀ ਬੈਠੇ ਨੇ ਲੋਕਾਂ 'ਚ ਵਿਚਰਦੇ ਰਹੇ। ਇਹਨਾਂ ਨੂੰ ਕੀ ਬੋਲੀਏ ਕਿ ਚਸਕਾ ਲੱਗ ਜਾਂਦਾ, ਇਹਨਾਂ ਨੂੰ ਕੀ ਬੋਲੀਏ ਕਿ ਚਸਕਾ ਲੱਗ ਗਿਆ ਪਾਵਰ ਦਾ, ਕਿ ਹੁਣ ਬੈਠਿਆ ਨਹੀਂ ਜਾਂਦਾ ਘਰ। ਦੂਜੀ ਗੱਲ ਇਹ ਪਾਣੀ ਦੀ ਗੱਲ ਕਰਦੇ ਨੇ, ਪਾਣੀ ਤੇ ਹੁਣ ਆ 5ਵੇਂ 6ਵੇਂ ਫੇਸ ਦਾ ਅਸੀਂ ਲੈ ਕੇ ਆਏ ਹਾਂ, ਹਰਮੋਹਨ ਧਵਨ ਜੀ ਕਿਹੜੇ ਵੇਲੇ 18 ਧਾਰਨੀ ਸਾਹਿਬ ਗੱਲ ਕਰਦੇ, ਗੁਰਪ੍ਰੀਤ ਜੀ ਇੱਕ ਮਿੰਟ, ਧਾਰਨੀ ਸਾਹਿਬ, ਧਾਰਨੀ ਸਾਹਿਬ ਤੁਸੀਂ ਇਹ ਦੱਸੋ, ਧਾਰਨੀ ਸਾਹਿਬ ਇੱਕ ਮਿੰਟ, ਧਾਰਨੀ ਸਾਹਿਬ ਇਹ ਦੱਸੋ, ਇਹ ਜਿਹੜੇ ਉਮਰ ਦਰਾਜ਼ ਸਿਆਸਤਦਾਨ ਹੋ ਜਾਂਦੇ ਆ, ਹਾਸੀਏ ਤੇ ਪਹੁੰਚ ਜਾਂਦੇ ਆ, ਪਰ ਕਹਿੰਦੇ ਸਾਨੂੰ ਹਿਲਾਓ ਨਾ, ਅਸੀਂ ਇੱਥੇ ਹੀ ਬੈਠੇ ਹਾਂ, ਜਾਇਦਾਦ ਸਾਡੀ ਇਹੀ ਹੈ, ਅਸੀਂ ਰਜਿਸਟਰੀ ਕਰਾ ਲਈ, ਅਸੀਂ ਹਿਲਣਾ ਨਹੀਂ ਚਾਹੁੰਦੇ। ਉਹ ਕੀ ਤੁਹਾਨੂੰ ਲੱਗਦਾ ਨਹੀਂ ਕਿ ਜਿਹੜੇ ਨੌਜਵਾਨ ਨੇ, ਬਾਕੀ ਜਿਹੜੇ ਉਮੀਦਵਾਰ ਹੋ ਸਕਦੇ ਆ, ਪੋਟੈਂਸ਼ੀਅਲ ਉਮੀਦਵਾਰ ਜਿਹੜੇ ਬਣ ਸਕਦੇ ਆ, ਕੁਛ ਦੇਸ਼ ਦੀ ਸੇਵਾ ਕਰ ਸਕਦੇ ਆ, ਉਹਨਾਂ ਦਾ ਰਾਹ ਰੋਕਦੇ ਆ ਸਿੱਧੇ ਤੌਰ 'ਤੇ ਜਾਂ ਅਸਿੱਧੇ ਤੌਰ 'ਤੇ, ਹਾਂ ਜਾਂ ਨਾ? ਨਹੀਂ ਨਹੀਂ, ਦੇਖੋ ਗੱਲ ਇਹ ਹੈਗੀ ਹੈ, ਤੂੰ ਤੁਹਾਡੀ ਸੋਚ ਦਾ ਤਰੀਕਾ ਠੀਕ ਹੈ, ਤੁਸੀਂ ਸਾਡੀ ਜਿਹੜੀ ਹੈਗੀ ਹੈ, ਜਦੋਂ MLA ਦੀਆਂ ਅਸੀਂ ਟਿਕਟਾਂ ਵੰਡੀਆਂ, ਤੁਸੀਂ ਪਰਸੈਂਟੇਜ ਦੇਖੋ, ਸਭ ਤੋਂ ਵੱਧ ਸਟੂਡੈਂਟ ਆਰਗੇਨਾਈਜੇਸ਼ਨ ਆਫ ਇੰਡੀਆ ਦੇ ਵਿੱਚ ਸਭ ਤੋਂ ਵੱਧ ਲੀਡਰ ਸਾਡੇ ਕੋਲ ਆਏ ਜਿਹਨਾਂ 'ਚ ਰਾਜੂ ਖੰਨਾ ਜੀ, ਉਹ ਤੋਂ ਬਾਅਦ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਯੂਥ ਵਿੰਗ ਹੈਗਾ, ਸਭ ਤੋਂ ਵੱਧ ਜਿਹੜੇ ਹੈਗੇ ਆ ਉਸ ਦੇ ਵਿੱਚੋਂ ਆਏ ਹੈਗੇ, ਪਰ ਇਹ ਦੇਖੋ ਇੱਕ ਅਨੁਪਾਤ ਰੱਖਣਾ ਪਊਗਾ। ਗੌਰਵ ਜੀ ਅਨੁਪਾਤ ਖਤਮ ਕਰਤਾ, ਨਹੀਂ ਨਹੀਂ ਫਿਰ ਯੂਥ ਆਗੂ ਨੂੰ ਟਿਕਟ ਨਹੀਂ ਦਿੱਤੀ, ਨਹੀਂ ਨਹੀਂ ਰੁਕ ਜਾਓ ਨਾ, ਦਿਓ
ਦੇਖੋ ਗੱਲ ਇਹ ਹੈ, ਦੇਖੋ ਇੱਕ ਗੱਲ ਦੀ ਮੈਂ ਦੱਸ ਦਿੰਦਾ ਇਹਨਾਂ ਦੀ ਆਪਣੇ ਇਕਬਾਲ ਜੀ ਦੀ, ਠੀਕ ਹੈ, ਕਿ ਇਹਨਾਂ ਨੇ ਕਿਹਾ ਕਿ ਆਮ ਆਦਮੀ ਪਾਰਟੀ ਭੂਤ ਬਣ ਕੇ ਦਿਖਦੀ ਹੈ। ਭੂਤ ਦੇਖੋ ਉਦੋਂ ਹੀ ਬਣਦਾ ਜਦੋਂ ਮਰ ਜਾਂਦਾ ਬੰਦਾ, ਸੋ ਪਾਰਟੀ ਇਹਨਾਂ ਦੀ ਤਾਂ ਮਰ ਚੁੱਕੀ ਹੈ, ਇਹਨਾਂ ਦੀ ਤਾਂ ਗੱਲ ਹੀ ਨਾ ਕਰੋ। ਸਵਾਲ ਇਹ ਹੈ, ਮੈਂ ਇਹਨਾਂ ਦੀ, ਇੱਕ ਮਿੰਟ ਠਹਿਰੋ, ਹੌਸਲਾ ਰੱਖੋ, ਇਹਨਾਂ ਦੀ ਮੈਂ ਗਿਣਤੀ ਦੱਸਦਾ ਜੀ, ਇਹਨਾਂ ਦੀ ਮੈਂ ਗਿਣਤੀ ਦੱਸਦਾ, ਟਾਈਮ ਘੱਟ ਹੈ, ਮੈਂ ਸਾਰੇ ਕੋਲ ਜਾਣਾ, ਟਾਈਮ ਘੱਟ ਹੈ, ਹੈਗੀ ਹੈ ਟਾਈਮ ਇਜ਼ ਰਨਿੰਗ ਸ਼ਾਰਟ, 10 ਇਹਨਾਂ ਦੇ 10 ਆਮ ਆਦਮੀ ਪਾਰਟੀ ਦੇ ਲੀਡਰ ਜਿਨ੍ਹਾਂ ਦੇ ਵਿੱਚੋਂ 3 ਕੈਂਡੀਡੇਟ ਸੀ, ਉਹਨਾਂ ਨੇ ਸ਼੍ਰੋਮਣੀ ਅਕਾਲੀ ਦਲ ਔਰ ਬੀਜੇਪੀ ਦੀ ਧਾਰਾ ਨੂੰ ਮੁੱਖ ਰੱਖ ਕੇ ਉਹਦੇ ਵਿੱਚ ਸ਼ਾਮਲ ਹੋ ਚੁੱਕੇ ਆ। ਕਾਂਗਰਸ ਦੇ 11 ਬੰਦੇ ਜਿਹੜੇ ਇਸ ਲੈਵਲ ਦੇ ਬੰਦੇ ਸੀ ਉਹ ਜਿਹੜੇ ਹੈਗੇ ਆ ਸ਼ਾਮਲ ਹੋ ਚੁੱਕੇ ਆ। ਇਸ ਤੋਂ ਇਲਾਵਾ ਜਿਹੜੀ ਬੈਂਸ ਸਾਹਿਬ ਦੀ ਪਾਰਟੀ ਹੈਗੀ ਆ ਉਹਦਾ ਇੱਕ ਮੈਂਬਰ ਜਿਹੜਾ ਕੈਂਡੀਡੇਟ ਵੀ ਸੀ ਉਹ ਸਾਡੀ ਪਾਰਟੀ ਦੇ ਵਿੱਚ ਸ਼ਾਮਲ ਹੋ ਚੁੱਕੇ ਆ। ਜੇ ਉਹਨਾਂ ਨੂੰ ਸਾਡੀ ਪਾਰਟੀ ਦੀ ਜਿਹੜੀ ਹੈਗੀ ਆ ਆਈਡੀਓਲੋਜੀ ਠੀਕ ਲੱਗੀ ਤਾਂ ਉਹ ਸਾਡੀ। ਹੁਣ ਮੈਂ ਇਹਨਾਂ ਦਾ ਇੱਕ ਮਿੰਟ ਜਵਾਬ ਦਊਂਗਾ ਜੀ। ਦੇਖੋ ਬੀਬੀ ਦੂਲੋ ਦੀ ਕੀ ਸੋਚ ਕੇ ਇਹਨਾਂ ਨੇ ਟਿਕਟ ਸਭ ਤੋਂ ਕੋਈ ਨਹੀਂ ਹੈ, ਸਿਰਫ ਇੱਕੋ ਹੀ ਹੈ। ਮੈਂ ਸਮਝ ਗਿਆ ਤੁਹਾਡੀ ਗੱਲ। ਆਲ ਰਾਈਟ ਸਵਿਤਾ ਜੀ ਓਕੇ, ਸਮਾਂ ਘੱਟ ਹੈ, ਖਤਮ ਹੈ। ਸਵਿਤਾ ਜੀ ਸਵਾਲ ਇਹੀ ਹੈ, ਇਹ ਬਜ਼ੁਰਗ ਸਿਆਸਤਦਾਨ, ਹਾਸ਼ੀਏ ਤੇ ਗਏ ਸਿਆਸਤਦਾਨ ਜਿਹੜੇ ਨੇ ਨੌਜਵਾਨ ਚਿਹਰਿਆਂ ਨੂੰ ਰਾਜਨੀਤੀ ਸਿਆਸਤ 'ਚ ਆਉਣ ਤੋਂ ਰੋਕਦੇ ਹੈ, ਹਾਂ ਜਾਂ ਨਾ? ਹਰ ਪਾਰਟੀ ਹਰ ਘਾਟ ਦਾ ਪਾਣੀ ਪੀ ਕੇ ਵੇਖ ਲਿਆ, ਘਾਟ ਦਾ ਪਾਣੀ ਪੀ ਕੇ ਵੇਖ ਲਿਆ, ਹੁਣ ਅਖੀਰ ਇਹਦੇ 'ਚ ਆ ਗਏ। ਹਾਂਜੀ ਸਵਿਤਾ ਜੀ, ਜਲਦੀ, ਟਾਈਮ ਨਹੀਂ ਹੈ। ਹਾਂਜੀ ਸਵਿਤਾ ਜੀ, ਸਮਾਂ ਘੱਟ ਹੈ, ਬਜ਼ੁਰਗ ਜਿਹੜੇ ਨੇ ਉਹ ਰੋਕਦੇ ਨੇ ਨੌਜਵਾਨਾਂ ਦਾ ਰਾਹ। ਗੌਰਵ ਜੀ, ਇਸ ਵਾਰ ਐਕਸਪੀਰੀਅੰਸ ਨੂੰ ਆਦਰ ਦਿੱਤਾ ਗਿਆ ਹੈਗਾ, ਲੇਕਿਨ ਆਹਿਸਤਾ ਆਹਿਸਤਾ ਬਦਲਾਵ ਆਏਗਾ, ਹੌਲੀ ਹੌਲੀ ਘਟ ਜਾਏਗਾ। ਇਕਬਾਲ ਜੀ ਸਮਾਂ ਘਟ ਹੈ, ਗੱਲ ਐਨਰਜੀ ਵੀ ਚਾਹੀਦੀ ਹੈ ਕਿ ਜੇ ਸਾਡੀ ਕੰਪੇਨ ਹੀ ਕੋਈ ਹੋਰ ਕਰੇ ਫਿਰ ਉਸ ਦਾ ਕੋਈ ਫਾਇਦਾ ਨਹੀਂ ਹੋਏਗਾ। ਇਹ ਜਿਹੜਾ ਸਨਮਾਨ ਜਿਹੜਾ ਧੱਕੇ ਨਾਲ ਦੇ ਰਹੇ ਹੋ, ਇਹ ਹੌਲੀ ਹੌਲੀ ਘਟ ਘਟੇਗਾ, ਸਕੇ ਸੇਵਾ ਕਰ, ਨੌਜਵਾਨਾਂ ਦਾ ਟਾਈਮ ਵੀ ਆਏਗਾ, ਕਹਿਣ ਦਾ ਭਾਵ ਇਹ ਹੈ ਹੌਲੀ ਹੌਲੀ ਘਟੇਗਾ, ਰਿਫਾਰਮ ਆਏਗਾ, ਕਿਉਂਕਿ ਭਗਤ ਸਿੰਘ ਪਨਪਨ ਲੱਗਿਆ ਹੈਗਾ ਸਾਰੇ ਯੂਥ ਵਿੱਚ, ਸਾਰੇ ਵਰਕਰਸ ਵਿੱਚ। ਠੀਕ ਹੈ ਇਕਬਾਲ ਜੀ, ਜਲਦੀ 10 ਸੈਕਿੰਡ। ਪੋਲਿਟਿਕਸ ਰਿਫਾਈਨਡ ਹੋ ਰਹੀ ਹੈ, ਇਹ ਸ਼ੁਰੂਆਤ ਹੋ ਚੁੱਕੀ, ਪਤਲੇ ਹੋ ਜਾਣੀ, ਚਿੰਤਾ ਨਾ ਕਰੋ, ਸ਼ੁਰੂਆਤ ਹੋ ਗਈ, ਹਾਲਾਂਕਿ ਇੰਪਲੀਮੈਂਟ ਤੁਹਾਡੀ ਪਾਰਟੀ 'ਚ ਵੀ ਨਹੀਂ ਹੋਈ। ਗੁਰਪ੍ਰੀਤ ਜੀ, ਸਾਨੂੰ ਵੀ ਹੁਣ ਪਾਰਟੀ ਜਾ ਕੇ ਕਹਿਣਾ ਹੋਏਗਾ, ਭਾਈ ਜਵਾਬ ਦੇ, ਉਹ ਦਿਨ ਆਏਗਾ, ਤੁਹਾਡੇ ਵਰਗੇ ਚਿਹਰੇ ਸਾਰੇ ਆਣਗੇ ਸੰਸਦ 'ਚ ਪਹੁੰਚਣਗੇ। ਰਾਈਟ, ਸਮਾਂ ਘੱਟ ਸੀਗਾ, ਤੁਸੀਂ ਸਾਰੇ ਜੁੜੇ, ਗੱਲਬਾਤ ਕੀਤੀ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਪੰਜਾਬ ਪੁਆਇੰਟ ਦੇ ਵਿੱਚ ਇੰਨਾ ਹੀ, ਇਜਾਜ਼ਤ ਦਿਓ, ਧੰਨਵਾਦ।